ਤੁਸੀਂ ਦੇਖ ਰਹੇ ਹੋ ਜੀ ਰੇਡੀਓ ਦਿੱਖਤਾ ਹੈ ਤੇ ਮੈਂ ਆਰ ਜੇ ਜੱਸੀ 94.3 ਮਾਈ ਆਫ ਐਮ ਤੇ ਸਵਾਗਤ ਹੈ ਜੀ ਤੁਹਾਡੇ ਸਾਰਿਆਂ ਦਾ ਕਹਿੰਦੇ ਆ ਕਿ ਨਵਾਂ ਜ਼ਮਾਨਾ ਅੱਜ ਕੱਲ ਨਵੀਆਂ ਗੱਲਾਂ ਕਰਦਾ ਹੈ ਔਰ ਇਹ ਜਿਹੜਾ ਨਵਾਂ ਜ਼ਮਾਨਾ ਹੈ ਇਹਦੀ ਪਲਸ ਨੂੰ ਫੜਨਾ ਬੜਾ ਜ਼ਰੂਰੀ ਹੈ ਔਰ ਨਵੇਂ ਜ਼ਮਾਨੇ ਦੀ ਪਲਸ ਨੂੰ ਜਿਸ ਕਲਾਕਾਰ ਨੇ ਫੜਿਆ ਹੈ ਅੱਜ ਆਪਣੇ ਨਾਲ ਸ਼ੋ ਟੋਲ ਵਜਦਾ ਦੇ ਵਿੱਚ ਹਾਜ਼ਰ ਹੈ ਜੀ ਉਹ ਕਲਾਕਾਰ ਯਾਨੀ ਕਿ ਬਾਦਸ਼ਾਹ ਪਾਜੀ ਪਿਆਰਪਰੀ ਸਸਿਕਾਲ ਸ਼ੁਭ ਹੋਏ ਬਾਦਸ਼ਾਹ ਸਸਿਕਾਲ ਜੀ ਤੁਹਾਨੂੰ ਵੀ ਤੇ ਸਾਰਿਆਂ ਨੂੰ ਜਿਹੜੇ ਦੇਖ ਰਹੇ ਨੇ ਸ਼ੋ ਸਸਿਕਾਲ ਅੱਛਾ ਪਹਿਲੇ ਤਾਂ ਪਹਿਲੇ ਤਾਂ ਇਹੀ ਸਵਾਲ ਆਣ ਦੋ ਮੈਂ ਤੁਹਾਡੇ ਜਿਹੜਾ ਪੁੱਛ ਰਿਹਾ ਹੈਗਾ ਕਿ ਬਾਦਸ਼ਾਹ ਕੌਣ ਹੈ ਬਾਦਸ਼ਾਹ ਕੌਣ ਹੁੰਦਾ ਲਾਈਫ ਚ ਬਾਦਸ਼ਾਹ ਮੈਨੂੰ ਲੱਗਦਾ ਉਹ ਹੁੰਦਾ ਵੀ ਜਿਹੜਾ ਜੀਉ ਦਿਲ ਸੇ ਜਿਹੜਾ ਲਾਈਕ ਦਿਲ ਨਾਲ ਆਪਣੀ ਜ਼ਿੰਦਗੀ ਜਾਂਦਾ ਉਹੀ ਬਾਦਸ਼ਾਹ ਮੈਨੂੰ ਲੱਗਦਾ ਅਰੇ ਵੈਰੀ ਗੁੱਡ ਅੱਛਾ ਨਾਮ ਬਾਦਸ਼ਾਹ ਘਰ ਦੇ ਤਾਂ ਕਦੀ ਰੱਖਦੇ ਨਹੀਂ ਹੁੰਦੇ ਇਹ ਨਾਮ ਬਾਦਸ਼ਾਹ ਤੁਸੀਂ ਰੱਖਿਆ ਹੈਗਾ ਹੈ ਨਾ ਇਹ ਇਹ ਨਾਮ ਕਿਵੇਂ ਆਇਆ ਇਹ ਕੈਚੀ ਹੈ ਸਿਰਫ ਤਾਂ ਆਇਆ ਨਹੀਂ ਨਹੀਂ ਮੰਮੀ ਨੇ ਬਚਪਨ ਜਦ ਆਈ ਵਾਸ ਲਿਟਲ ਜਦ ਮੈਂ ਛੋਟਾ ਸੀ ਮੰਮੀ ਨੇ ਨਾਮ ਰੱਖਿਆ ਸੀ ਪ੍ਰਿੰਸ अच्छा तो फिर प्रिंस बड़ा होकर बादशाह बन गया ओहो <laughs> अच्छी बात है।, है अच्छा देखो स्टार्टिंग ਦੇ ਵਿੱਚ ਹਰੇਕ ਦਾ ਪੈਸ਼ਨ ਅਲੱਗ-ਅਲੱਗ ਹੁੰਦਾ ਹੈ ਪਰ ਰੈਪ ਦਾ ਪੈਸ਼ਨ ਹੋਣਾ ਛੇਤੀ ਕਿਤੇ ਨਹੀਂ ਇਹ ਆਂਦਾ ਹੈਗਾ ਇਹ ਕਿਵੇਂ ਦਿਮਾਗ 'ਚ ਆਇਆ ਕਿ ਵੀ ਛੋਟੇ ਹੁੰਦੇ ਪੈਸ਼ਨ ਨਹੀਂ ਆ ਮਿਊਜ਼ਿਕ ਦਾ ਪੈਸ਼ਨ ਜਿਹੜਾ ਸੀ ਉਹ ਮੈਨੂੰ ਬਚਪਨ ਤੋਂ ਹੀ ਸੀ ਵੀ ਮਿਊਜ਼ਿਕ 'ਚ ਮੈਂ ਕੁਝ ਕਰਨਾ ਹੀ ਕਰਨਾ ਹੈ ਮੈਨੂੰ ਪਤਾ ਸੀ ਵੀ ਵੈਨ ਆਈ ਵਾਸ ਸਮਾਲ ਤੇ ਫਿਰ ਜਿੱਦਾਂ ਜਿੱਦਾਂ ਵੱਡੇ ਹੋਏ ਰੈਪ ਸੁਣਿਆ ਆਪਾਂ ਅੰਗਰੇਜ਼ ਕਰਦੇ ਸੀ ਫਿਰ ਬਾਅਦ ਚ ਪਤਾ ਚੱਲਿਆ ਵੀ ਉਹ ਬੱਕ ਬੱਕ ਨਹੀਂ ਕਰਦੇ ਉਹ ਕੁਝ ਕਹਿੰਦੇ ਵੀ ਆਂ ਸਟੋਰੀ ਸੁਣਾਉਂਦੇ ਨੇ ਫਿਰ ਰੈਪ ਵਧੀਆ ਲੱਗਿਆ ਮੈਨੂੰ ਬਿਕੋਜ਼ ਉੱਚ ਰਾਈਮਿੰਗ ਵੀ ਆ ਵਰਡਸ ਦੀ ਤੇ ਤੁਸੀਂ ਸਟੋਰੀ ਵੀ ਸੁਣਾ ਰਹੇ ਹੋ ਤੇ ਦੂਜੇ ਬੰਦੇ ਨੂੰ ਇੰਟਾਈਸ ਵੀ ਕਰਕੇ ਰੱਖ ਰਹੇ ਹੋ ਵੀ ਉਹ ਉਹਦਾ ਧਿਆਨ ਕਿਤੇ ਹੋਰ ਨਾ ਜਾਵੇ ਉਹਦੇ ਉਹਦੇ ਤੇ ਇੰਪੈਕਟ ਵੀ ਪਾ ਰਹੇ ਹੋ ਬੜੀ ਚੈਲੈਂਜਿੰਗ ਜੀ ਚੀਜ਼ ਲੱਗੀ ਮੈਨੂੰ ਤੇ ਫਿਰ ਮੈਂ ਆਪਣਾ ਹਿੰਦੀ ਚ ਰੈਪ ਕਰਨਾ ਸ਼ੁਰੂ ਕੀਤਾ ਪੰਜਾਬੀ ਚ ਰੈਪ ਕਰਨਾ ਸ਼ੁਰੂ ਕੀਤਾ ਤੇ ਫਿਰ ਲੋਕਾਂ ਨੂੰ ਵਧੀਆ ਲੱਗਿਆ ਫਿਰ ਜੱਦੀ ਚੱਲ ਰਹੀ ਹੈ ਅੱਛਾ ਦੇਖੋ ਇੱਕ ਗੱਲ ਹੁੰਦੀ ਹੈ ਬਾਦਸ਼ਾਹ ਵੀਰੇ ਕਿ ਅੱਜ ਕੱਲ ਦੇ ਬਾਦਸ਼ਾਹ ਨੂੰ ਤਾਂ ਹਰ ਕੋਈ ਜਾਣਦਾ ਹੈ ਕਿਉਂਕਿ ਪੰਜਾਬੀ 뮤직 ਦੇ ਵਿੱਚ ਜਲਵਾ ਤੁਹਾਡਾ ਦੇਖਿਆ ਸਾਰਿਆਂ ਨੇ ਉਸ ਤੋਂ ਬਾਅਦ ਤੁਸੀਂ ਬਾਲੀਵੁੱਡ ਦੇ ਵਿੱਚ ਗਏ ਹੋ ਜੀ ਹੁਣ ਦੇ ਬਾਦਸ਼ਾਹ ਨੂੰ ਜਾਣਦਾ ਹੈ ਲੇਕਿਨ ਉਹ ਬਾਦਸ਼ਾਹ ਨੂੰ ਬਹੁਤ ਘੱਟ ਲੋਕ ਜਾਣਦੇ ਹੈ ਜਿਹੜੇ ਬਾਦਸ਼ਾਹ ਨੇ ਰਗੜਾਂ ਦਾ ਪੀਰੀਅਡ ਦੇਖਿਆ ਸਟਰਗਲ ਦਾ ਉਹ ਪੀਰੀਅਡ ਦੇਖਿਆ ਤੇ ਬਾਸ਼ਾ ਉਹ ਕਿਦਾਂ ਦਾ ਪੀਰੀਅਡ ਰਿਹਾ ਹੋ ਤੁਸੀਂ ਵੀਰੇ ਮੈਨੂੰ ਲੱਗਦਾ ਨਹੀਂ ਵੀ ਮੈਨੂੰ ਮੈਨੂੰ ਇਦਾਂ ਲੱਗਦਾ ਵੀ ਸਟਰਗਲ ਉਹਨੂੰ ਕਹਿੰਦੇ ਜਦ ਤੁਸੀਂ ਇੰਜੋਏ ਨਹੀਂ ਕਰਦੇ ਹਾਂ ਉਦੋਂ ਸਟਰਗਲ ਕਰਦੇ ਹੋ ਤੁਸੀਂ ਮੈਂ ਆਪਣੀ ਪੂਰੀ ਜਰਨੀ ਇੰਜੋਏ ਕੀਤੀ ਹੈ ਮੈਂ ਮੈਨੂੰ ਕਦੇ ਲੱਗਿਆ ਹੀ ਨਹੀਂ ਮੈਂ ਸਟਰਗਲ ਕਰ ਰਿਹਾ ਮੈਨੂੰ ਲੱਗਿਆ ਵੀ ਮੇਰੀ ਜਰਨੀ ਹਾਂ ਚਲੋ ਟਾਈਮ ਲੱਗ ਰਿਹਾ ਮੈਨੂੰ ਬਟ ਕਦੇ ਸਟਰਗਲ ਨਹੀਂ ਲੱਗੀ ਮੈਨੂੰ ਬਹੁਤ ਵਧੀਆ ਲੱਗਿਆ ਮੈਨੂੰ ਮੈਂ ਆਹੀ ਜਦ ਵੀ ਕੁਝ ਮੇਰੇ ਨਾਲ ਮਾੜਾ ਹੋਇਆ ਜਾਂ ਬੁਰਾ ਹੋਇਆ ਮੈਂ ਆਹੀ ਸੋਚਿਆ ਵੀ ਰੱਬ ਦੀ ਮਰਜ਼ੀ ਹੈ ਉਹ ਮੈਨੂੰ ਲੈਸਨ ਸਿਖਾ ਰਿਹਾ ਤੇ ਮੈਨੂੰ ਕਦੇ ਲੱਗਿਆ ਹੀ ਨਹੀਂ ਸਟਰਗਲ ਹੈ ਸੋ ਤੇ ਤੇ ਸਟਾਰਟਿੰਗ ਦੇ ਵਿੱਚ ਕਿਹੜਾ ਐਸਾ ਫਰਸਟ ਰੈਪ ਸੀਗਾ ਜਿਸ ਤੋਂ ਬਾਅਦ ਬਾਦਸ਼ਾ ਨੂੰ ਇਹ ਲੱਗਿਆ ਕਿ ਯਾਰ ਮੈਂ ਹੁਣ ਪ੍ਰੋਫੈਸ਼ਨਲੀ ਇਸ ਟਰੈਕ ਤੇ ਆ ਗਿਆ ਹਾਂ ਹੁਣ ਤੱਕ ਤਾਂ ਪਹਿਲਾਂ ਕਿਸਤੀ ਡਗਮ ਡਗਮ ਸੀਗੀ ਕਿ ਵੀ ਯਾਰ ਕਦੀ ਮੈਂ ਇਸ ਲਾਈਨ 'ਚ ਜਾਵਾਂ ਨਾ ਜਾਵਾਂ ਲੇਕਿਨ ਕਿਹੜਾ ਰੈਪ ਐਸਾ ਰਿਹਾ ਜਿਸ ਤੋਂ ਬਾਅਦ ਤੁਸੀਂ ਸੋਚ ਲਿਆ ਲੈ ਬਈ ਬਾਦਸ਼ਾ ਹੁਣ ਲਾਈਨ ਆਪਣੀ ਆਹੀ ਹੈ ਰੈਪ ਜਿਸੀ ਉਹਦਾ ਰੈਪ ਤਾਂ ਇਦਾਂ ਦਾ ਕੋਈ ਨਹੀਂ ਸੀ ਹਾਂ ਬਟ ਜਦ ਲੱਗਿਆ ਵੀ ਹੋਰ ਕਿਤੇ ਕੁਝ ਬਣ ਨਹੀਂ ਸਕਦਾ ਓਹੋ ਜਾ ਫਿਰ ਲੱਗਿਆ ਰੈਪ ਵੀ ਕਰ ਲਏ ਕਰ ਲੈਣੇ ਆ ਕਿਉਂਕਿ ਕਿਉਂਕਿ ਉਹੀ ਆਹੀ ਚੀਜ਼ ਆ ਰਹਾ ਆਪੀ ਜਿਹੜਾ ਮੈਂ ਬੈਸਟ ਕਰ ਸਕਦਾ ਹੂੰ ਤੇ 뮤జిక్ ਮੈਂ ਬਹੁਤ ਜ਼ਿਆਦਾ ਇੰਜੋਏ ਕਰਦਾ ਮੈਨੂੰ ਇਦਾਂ ਲੱਗਦਾ ਵੀ ਕੀ ਇੱਕ ਸੇਇੰਗ ਹੈ ਡੂ ਵਾਟ ਯੂ ਲਵ ਲਵ ਵਾਟ ਯੂ ਡੂ ਇੱਕ ਸੇਇੰਗ ਜੀ ਆ ਵੀ ਉਹੀ ਕਰੋ ਜਿਹੱਚ ਤੁਹਾਨੂੰ ਮਜ਼ਾ ਲਾਈਕ ਯੂ ਇੰਜੋਏ ਡੂਇੰਗ ਇਟ ਜਿਹੱਚ ਤੁਹਾਡਾ ਮਨ ਲੱਗਦਾ ਉਹੀ ਚੀਜ਼ ਕਰੋ ਹਮ ਅੱਛਾ ਦੇਖੋ ਸਿੰਗਰ ਤੋਂ ਇੰਪ੍ਰੈਸ ਹੋਣਾ ਬੜੀ ਕੁਦਰਤੀ ਗੱਲ ਹੈ ਔਰ ਆਮ ਤੌਰ ਤੇ ਆਪਾਂ ਦੇਖੀਏ ਸਾਰੇ ਜਵਾਕ ਜਿਹੜੇ ਹੈਗੇ ਹਨ ਨਾ ਅੱਜ ਕੱਲ੍ਹ ਯੰਗ ਜਨਰੇਸ਼ਨ ਸਿੰਗਰਸ ਤੋਂ ਇਨਸਪਾਇਰ ਹੁੰਦੀ ਹੈ ਲੇਕਿਨ ਰੈਪ ਰੈਪ ਤੁਸੀਂ ਉਸ ਟਾਈਮ ਸ਼ੁਰੂ ਕਰਤਾ ਸੀਗਾ ਜਦੋਂ ਲੋਕਾਂ ਦੀ ਸੋਚ ਵੀ ਨਹੀਂ ਸੀਗਾ ਤੁਸੀਂ ਕਿਸ ਤੋਂ ਇਨਸਪਾਇਰ ਹੋਏ ਸੀਗੇ ਬਹੁਤ ਵਧੀਆ ਗੱਲ ਤੁਸੀਂ ਫੜੀ ਹੈ ਲੋਕੀ ਕਹਿੰਦੇ ਵੀ ਸਿੰਗਰ ਹੋਣਾ ਬਹੁਤ ਵੱਡੀ ਗੱਲ ਹੈ ਮੈਨੂੰ ਨਹੀਂ ਲੱਗਦਾ ਮੈਨੂੰ ਮਾਫ ਕਰਿਓ ਕਿਉਂਕਿ ਵੀ ਮੈਨੂੰ ਇਦਾਂ ਲੱਗਦਾ ਵੀ ਸਿੰਗਿੰਗ ਚ ਯੂ نو ਸਿੰਗਰ ਸਿੰਗਰ ਦੇ ਕੋਲ ਸੁਰ ਨੇ ਮੈਲਡੀ ਹੈ ਉਹ ਤੁਹਾਨੂੰ ਇਮਪ੍ਰੈਸ ਕਰ ਸਕਦਾ ਬਟ ਰੈਪ ਚ ਕੋਈ ਸੁਰ ਨਹੀਂ ਹੈ ਰੈਪ ਚ ਸਿਰਫ ਐਕਸਪ੍ਰੈਸ਼ਨਸ ਨੇ ਤੇ ਵਰਡਸ ਨੇ ਤੇ ਕੁਝ ਆ ਵੀ ਸੀ ਵੀ ਰੈਪ ਥੋੜਾ ਜਿਆਦਾ ਜਾਰਾ ਟਫ ਸੀ ਤਾਂ ਕਰਕੇ ਮੈਂ ਚੂਜ਼ ਕੀਤਾ ਬਿਕਾਜ਼ ਈਜ਼ੀ ਚੀਜ਼ਾਂ ਹਰ ਕੋਈ ਕਰਦਾ ਮੈਨੂੰ ਬਚਪਨ ਤੋਂ ਹੀ ਸ਼ੌਕ ਸੀ ਵੀ ਕੁਝ ਹਟਕੇ ਕਰਾਂ ਕੁਝ ਚੀਜ਼ ਚ ਥੋੜਾ ਜਿਹਾ ਚੈਲੰਜ ਲੱਗੇ ਤਾਂ ਕਰਕੇ ਮੈਂ ਰੈਪ ਕੀਤਾ ਤੇ ਰੈਪ ਚ ਮੈਨੂੰ ਲੱਗਦਾ ਸਟੋਰੀ ਟੈਲਿੰਗ ਦਾ ਬਹੁਤ ਜ਼ਿਆਦਾ ਸਕੋਪ ਹੈ ਮੈਂ ਬਹੁਤ ਲਾਈਕ ਜਦ ਬਚਪਨ ਤੋਂ ਹੀ ਮੈਂ ਬਹੁਤ ਚੁੱਪ ਵੈਰੀ ਇੰਟਰੋਵਰਟ ਕਿਸੇ ਕਿਸ ਦੇ ਨਾਲ ਜਿਆਦਾ ਗੱਲਬਾਤ ਨਹੀਂ ਹੁੰਣੀ ਵੀ ਤੇ ਜਦ ਮੈਂ ਰੈਪ ਕਰਨਾ ਕਰਨਾ ਸ਼ੁਰੂ ਕੀਤਾ ਮੈਨੂੰ ਇੱਕ ਇੱਕ ਆਊਟਲੈਟ ਮਿਲ ਗਿਆ ਮੇਰੀ ਗੱਲਾਂ ਵਾਸਤੇ ਜਿਹੜਾ ਮੈਂ ਆਬਜ਼ਰਵ ਕਰਦਾ ਸੀ ਜਿਹੜੀ ਮੈਂ ਸਿੱਖੀ ਲਾਈਫ ਤੋਂ ਜਿੱਦਾ ਬੰਦੂਕ ਚ ਮੈਂ ਰੈਪ ਕੀਤਾ ਉਹ ਸਾਰਾ ਉਹ ਮੇਰੀ ਲਰਨਿੰਗ ਹੈ ਤੇ ਉਹ ਮੈਂ ਸ਼ੇਅਰ ਕਰਦਾ ਲੋਕਾਂ ਨਾਲ ਆਪਣੇ ਗੀਤਾਂ ਰਾਹੀਂ ਦੈਟਸ ਇਟ ਹੂੰ ਤੇ ਤੇ ਗਵਾਸ਼ਾ ਜਿਹੜੀ ਤੁਹਾਡੀ ਪੰਜਾਬੀ 뮤직 ਦੇ ਨਾਲ ਸਾਂਝ ਰਹੀ ਹੈ ਇਹਦੇ ਉੱਤੇ ਵੀ ਮੈਂ ਗੱਲ ਕਰਨੀ ਹੈ ਲੇਕਿਨ ਉਸ ਤੋਂ ਬਾਅਦ ਇੱਕ ਸਭ ਤੋਂ ਅਹਿਮ ਮੋੜ ਆਇਆ ਬਾਦਸ਼ਾਹ ਦੀ ਲਾਈਫ ਦੇ ਵਿੱਚ ਜਦੋਂ ਬਾਲੀਵੁੱਡ ਦਾ ਮੋੜ ਆਇਆ ਬਾਲੀਵੁੱਡ ਦੇ ਵਿੱਚ ਜਾ ਕੇ ਬਾਸ਼ਾ ਨੇ ਐਂਟਰੀ ਮਾਰੀ ਤੇ ਉਹ ਸਟਾਰਟਿੰਗ ਵਾਲਾ Song ਜਿਹੜਾ ਬਾਲੀਵੁੱਡ ਦੇ ਵਿੱਚ ਜਿਹਨੇ ਧੂਮ ਮਚਾਈ ਹੈ ਕਿਹੜਾ ਮੰਦਾ ਬਾਸ਼ਾ oh Saturday Saturday ਹੇ ਕੀ ਬਾਤ ਹੈ ਬਿਲਕੁਲ ਤੇ ਉਹਦੇ ਵਿੱਚ ਕਮਾਲ ਦਾ ਰੈਪ ਤੁਸੀਂ ਕੀਤਾ ਹੈਗਾ ਤੇ ਮੈਂ ਚਾਹ ਰਿਹਾ ਸੀਗਾ ਥੋੜਾ ਜਿਹਾ ਮਾਹੌਲ ਮਾਹੌਲ ਆ ਬਿਲਕੁਲ ਜੀ ਬਿਲਕੁਲ ਜੀ हां जी फिर एक बार देखो आया शनिवार करने के लिए बेबी जी हो गई तैयार सर के कपड़े पहन के जाती मैडम वीआईपी में कॉम्प्लीमेंट्री शॉट्स भी दे दो इसको इसको गाड़ी चाहिए लंबी उसमें म्यूजिक चाहिए लाउड ये जाती महंगे क्लब में जहां होता ढंग का क्राउड लुधियाने से आई लड़की यूनिवर्सिटी पढ़ती है कहती तो है स्टूडेंट है बट आई डाउट ਅਰੇ ਵੈਰੀ ਗੁੱਡ ਅੱਛਾ ਬਾਸ਼ਾ ਹਾਂਜੀ ਮੈਨੂੰ ਬੜੀ ਖੁਸ਼ੀ ਹੋਈ ਸੀ ਉਦੋਂ ਜਦੋਂ ਮੈਂ ਤੁਹਾਡਾ ਇਹ ਰੈਪ ਸੁਣਿਆ ਔਰ ਉਸ ਤੋਂ ਬਾਅਦ ਅਗਲੀ ਵਾਰੀ ਮੈਂ ਇਹੀ ਰੈਪ ਵਰੁਣ ਧਵਨ ਤੋਂ ਸੁਣਿਆ ਹਾਂ ਹਾਂ ਉਹਨਾਂ ਪੂਰਾ ਯਾਦ ਕੀਤਾ ਹੋਇਆ ਸੀਗਾ ਉਹ ਬੜਾ ਸ਼ੌਕੀਨ ਹੈ ਰੈਪ ਨਾ ਰੈਪ ਸੁਣਨ ਦਾ ਔਰ ਜੀ ਜੀ ਨੂੰ ਯਾਦ ਕਰਨ ਦਾ ਤੁਹਾਨੂੰ ਪਤਾ ਸੀ ਸਾਲਾ ਨੀ ਮੈਨੂੰ ਮਿਲ ਕੇ ਪਤਾ ਲੱਗਿਆ ਵੀ ਬਹੁਤ ਜ਼ਿਆਦਾ ਸ਼ਕੀਰ ਹੈ ਉਹ ਹਾਂ ਔਰ ਬਹੁਤ ਸਾਰੀ ਸਟੇਜਸ ਤੇ ਗਾਇਆ ਹੈ ਉਹ ਹਾਂ ਹੀ ਇੰਜੋਇਸ ਇਟ ਯਾਰ ਹਾਂ ਅੱਛਾ ਦੇਖੋ ਬਾਸ਼ਾ ਦੇਖੋ ਤੁਸੀਂ ਪੰਜਾਬੀ 뮤직 ਨੂੰ ਅੱਛੀ ਤਰ੍ਹਾਂ ਦੇਖਿਆ ਉਸ ਤੋਂ ਬਾਅਦ ਬਾਲੀਵੁੱਡ ਦੇ 뮤직 ਦੇ ਵਿੱਚ ਅੱਜਕੱਲ ਤੁਸੀਂ ਗੁਜ਼ਰ ਰਹੇ ਹੋ ਇਨਾ ਦੌਰ ਦੇ ਵਿੱਚ ਇੱਕ ਵੱਡੀ ਗੱਲ ਹੁੰਦੀ ਹੈ ਕੰਪਲੀਮੈਂਟ ਮਿਲਣਾ ਦੇਖੋ ਤੁਹਾਨੂੰ ਤਾਰੀਫ ਮਿਲੀ ਫਿਰ ਥੋੜਾ ਹੌਸਲਾ ਵਧਿਆ ਕੁਝ ਨਵਾਂ ਕਰਾ ਕੁਝ ਹੋਰ ਵੱਖਰਾ ਕੋਈ ਦਾ ਕੁਝ ਇਹ ਕਰਾ ਕੁਝ ਉਹ ਕਰਾ ਪਰ ਕੁਝ ਕੰਪਲੀਮੈਂਟਸ ਬਾਸ਼ਾ ਐਸੇ ਰਹਿੰਦੇ ਆ ਜਿਹੜੇ ਤਾਂ ਉਮਰ ਤੱਕ ਯਾਦ ਰਹਿੰਦੇ ਆ ਯਾਰ ਇਹ ਬੰਦੇ ਨੇ ਮੇਰੇ ਲਈ ਇਹ ਕਿਹਾ ਸੀਗਾ ਔਰ ਦਿਲ ਖੁਸ਼ ਹੁੰਦਾ ਯਾਰ ਤੇ ਕੋਈ ਐਸਾ ਕੰਪਲੀਮੈਂਟ ਜਿਹੜਾ ਰਹਿ ਹੋਵੇ ਤੁਹਾਨੂੰ ਤਾਂ ਉਮਰ ਤੱਕ ਯਾਦ ਰਵੇ ਕਿਨੇ ਕਿਹਾ ਸੀ ਕਦੋਂ ਕਿਹਾ ਸੀ ਕਿੱਥੇ ਕਿਹਾ ਆਈ ਥਿੰਕ ਸਭ ਤੋਂ ਵੱਡਾ ਮੈਨੂੰ ਕੰਪਲੀਮੈਂਟ ਜਿਹੜਾ ਮਿਲਿਆ ਹੈ ਤੇ ਮਿਊਜ਼ਿਕ ਦੇ ਵਾਸਤੇ ਤਾਂ ਚਲੋ ਮਿਲੇ ਹੀ ਨੇ ਕੰਪਲੀਮੈਂਟ ਬਟ ਇੱਕ ਬਹੁਤ ਬਜ਼ੁਰਗ ਅੰਕਲ ਸੀ ਮੈਂ ਇੱਕ ਵੈਡਿੰਗ 'ਚ ਸੀ ਪਰਫਾਰਮ ਕਰ ਰਿਹਾ ਸੀ ਤੇ ਉਹਨਾਂ ਨੂੰ ਉਹਨਾਂ ਨੇ ਮੈਨੂੰ ਕਿਹਾ ਵੀ ਬੇਟਾ ਯੂ ਆਰ ਅ ਵੈਰੀ ਡਾਊਨ ਟੂ ਅਰਥ ਪਰਸਨ ਤੇ ਉਸ ਬੰਦੇ ਨੇ ਦੁਨੀਆ ਦੇਖੀ ਹੋਈ ਹੈ ਉਹ ਕਰਨਲ ਸੀ ਤੇ ਉਸ ਬੰਦੇ ਨੇ ਮੈਨੂੰ ਇਹ ਕਿਹਾ ਮੈਂ ਕਿਹਾ ਫਿਰ ਪਤਾ ਨਹੀਂ ਉਹ ਗੱਲ ਮੇਰੇ ਦਿਲ ਨੂੰ ਲੱਗੀ ਫਿਰ ਉਹ ਕਹਿੰਦੇ ਵੀ ਕੰਟੀਨਿਊ ਰਿਮੇਨ ਦ ਸੇਮ ਤੇ ਉਹ ਕੰਪਲੀਮੈਂਟ ਕਹਿ ਦੋ ਜਾਂ ਉਹ ਇੱਕ ਉਹਨਾਂ ਦੀ ਉਹਨਾਂ ਦਾ ਟੀਚਿੰਗ ਕਹਿ ਦੋ ਉਹ ਮੇਰੇ ਉਹ ਮੇਰੇ ਨਾਲ ਹਸ਼ਤਕ ਆ ਉਹ ਬ ਮੈਂ ਆਈ ਥਿੰਕ ਪਹਿਲਾ ਇਟ ਇਜ਼ ਇਟ ਇਜ਼ ਇੰਪੋਰਟੈਂਟ ਇਟ ਇਜ਼ ਮੋਰ ਇੰਪੋਰਟੈਂਟ ਟੂ ਬੀ ਅ ਗੁੱਡ ਪਰਸਨ ਬਾਕੀਆਂ ਗੱਲਾਂ ਦਾ ਚਲੋ ਉਧਰ ਬਾਕੀ ਦਾ ਟੈਲੈਂਟ ਰੱਬ ਦੀ ਦੇਣ ਹੈ ਹਾਂ 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 ਬਟ ਇਟ ਇਜ਼ ਵੈਰੀ ਇੰਪੋਰਟੈਂਟ ਟੂ ਬੀ ਅ ਗੁੱਡ ਹਿਊਮਨ ਬੀਇੰਗ ਸਹੀ ਗੱਲ ਹੈ ਸਹੀ ਗੱਲ ਤੇ ਉਹ ਚੀਜ਼ ਮੈਂ ਅਜ ਤੱਕ ਭਰੀ ਹੋਈ ਹੈ ਹੂੰ ਹਾਂ ਔਰ ਔਰ ਦੇਖੋ ਇੱਕ ਜੀਵਨ ਦਾ ਦੇ ਸੰਸਕਾਰ ਬੰਦੇ ਨੂੰ ਫੈਮਿਲੀ ਚੋਂ ਮਿਲਦੇ ਹੈਗੇ ਆ ਤੁਸੀਂ ਪੰਜਾਬੀ ਫੈਮਿਲੀ ਨਾਲ ਬਿਲੋਂਗ ਕਰਦੇ ਹੋ ਹੈਨਾ ਆਪਣੀਆਂ ਫੈਮਿਲੀਆ ਦੇ ਵਿੱਚ ਇੱਕ ਗੱਲ ਜਿਹੜੀ ਬੜੀ ਖਾਸ ਤੌਰ ਤੇ ਹੁੰਦੀ ਹੈ ਤੁਸੀਂ ਜਦੋਂ ਰੈਪ ਸ਼ੁਰੂ ਕੀਤਾ ਹੋਣਾ ਕਰਦੇ ਨਾ ਕਿਹਾ ਬੇਬੇ ਮੈਂ ਛੁੱਤਰ ਮਾਰੂ ਅੱਛਾ ਪਪਾ ਮੈਂ ਨਾ ਰੈਪ ਕਰ ਬੈਠਾ ਟਿੱਕੇ ਇਹ ਆਪਾ ਯੂ نو ਮੀਡੀਲ ਕਲਾਸ ਫੈਮਿਲੀ ਹਾਂ ਕਹਿੰਦੇ ਕੀ ਆ ਮੈਂ ਕਿਹਾ ਭਾਜੀ ਪਾਪਾ ਕਹਿੰਦਾ ਕੀ ਹੁੰਦਾ ਕੀ ਯਾਰ ਪਹਿਲਾਂ ਆ ਦੱਸ ਮੈਂ ਫਿਰ ਉਹਨਾਂ ਨੂੰ ਵੀਡੀਓ ਦਿਖਾਈ ਵੀਡੀਓ ਥੋੜੀ ਜੀ ਏਦਾਂ ਦੀ ਸੀ ਅੱਛਾ ਉਹ ਯੂ نو ਆਬਜੈਕਟ ਆਬਜੈਕਸ਼ਨੇਬਲ ਸੀ ਜੀ ਕਹਿੰਦਾ ਤੂੰ ਆ ਸਭ ਨਹੀਂ ਮੈਂ ਭਾਈ ਮੈਂ ਮੈਂ ਪਾਪਾ ਮੈਂ ਮੈਂ ਆ ਨਹੀਂ ਕਰਨਾ ਮੈਂ ਮੈਂ ਬਸ ਰਹਿ ਆਪ ਕਹਿੰਦਾ ਹੁੰਦਾ ਕੀ ਯਾਰ ਆ ਵਾ ਬਕ ਬਕ ਜਿਹੜਾ ਬੰਦਾ ਕਰ ਰਿਹਾ ਕਾਲਾ ਉਹ ਕਰਨਾ ਤੂੰ ਮੈਂ ਚਲੋ ਮੈਂ ਮੈਂ ਆਈ ਗੇਵ ਅਪ ਮੈਂ ਸਮਝਾ ਨਹੀਂ ਪਾਇਆ ਉਹਨਾਂ ਨੂੰ ਰੈਪ ਕੀ ਹੁੰਦਾ ਫਿਰ ਉਹਨਾਂ ਨੇ ਉਹਨਾਂ ਨੇ ਮੇਰਾ ਗਾਣਾ ਸੁਣਿਆ ਬੰਦੂਖ ਅੱਛਾ ਕਹਿੰਦੇ ਅੱਜ ਇਹ ਕੰਮ ਵਧੀਆ ਕੀਤਾ ਤੂੰ ਏ ਕੀ ਬਾਤ ਹੈ ਬਟ ਉਹ ਸਪੋਰਟਿਵ ਨਹੀਂ ਸੀ ਹਾਂ ਅੱਛਾ ਕਿਉਂਕਿ ਇਹ ਜਿਹੜੀ ਇੰਡਸਟਰੀ ਹੈ ਤੁਹਾਨੂੰ ਪਤਾ ਹੀ ਹੈ ਵੈਰੀ ਕੰਪੀਟੀਟਿਵ ਵੈਰੀ ਕਟ ਥਰੋਟ ਉਹਨਾਂ ਨੂੰ ਲੱਗਦਾ ਵੀ ਮੁੰਡਾ ਗਲਤ ਪਾਸੇ ਨਾ ਪੈ ਜੇ ਬੰਦੇ ਕਿੱਦਾਂ ਦੇ ਨੇ ਜਿਹਨਾਂ ਦੇ ਨਾਲ ਕੰਮ ਕਰਦਾ ਤੇ ਦੇ ਵਰ ਆਬਵੀਅਸਲੀ ਥੋੜਾ ਜਿਹਾ ਸੀਗਾ ਉਹਨਾਂ ਨੂੰ ਪ੍ਰੋਬਲਮ ਤਾਂ ਸੀ ਬਟ ਫਿਰ ਜਦੋਂ ਪੈਸਾ ਆਣਾ ਸ਼ੁਰੂ ਹੋਇਆ ਹੂੰ ਪੈਸਾ ਉਹਨਾਂ ਦੇ ਵਾਸਤੇ ਨਹੀਂ ਪੈਸਾ ਮੇਰੇ ਵਾਸਤੇ ਪੇਰੈਂਟਸ ਵਾਂਟ ਵੀ ਮੁੰਡਾ ਯਾ ਆਪਣੇ ਪੈਰਾਂ ਤੇ ਆਪ ਆਪ ਕਮਾਉਂਦਾ ਆਪ ਖਾਂਦਾ ਯੈਸ ਹਾਂ ਬਸ ਉਹੀ ਚੀਜ਼ ਫਿਰ ਉਹਨਾਂ ਨੂੰ ਲੱਗਿਆ ਵੀ ਹਾਂ ਚਲੋ ਠੀਕ ਹੈ ਫਿਰ ਉਸ ਤੋਂ ਬਾਅਦ ਜਦ ਡੈਡੀ ਨਾਲ ਗੱਲਾਂ ਹੁੰਦੀਆਂ ਮਤਲਬ ਡੈਡੀ ਪਾਰਕ ਚ ਸੈਰ ਕਰਨ ਜਾਂਦੇ ਫਿਰ ਕਹਿੰਦੇ ਵੀ ਮੈਂ ਥੋੜਾ ਮੁੰਡਾ ਕੀ ਕਰਦਾ ਵੀ ਉਹ ਸਿੰਗਰ ਹੈ ਕਿਹੜਾ ਗਾਣਾ ਗਾਇਆ ਉਹਨੇ ਅਭੀ ਤੋਂ ਪਾਰਟੀ ਸ਼ੁਰੂ ਹੀ ਹੈ ਫਿਰ ਡੈਡੀ ਨਾਲ ਫੋਟੋਆਂ ਖਿਚਾਣ ਲੱਗ ਪਏ ਮੁੰਡੇ ਵੇਰੀ ਗੁੱਡ ਫਿਰ ਫਿਰ ਵਧੀਆ ਲੱਗਿਆ ਉਹਨਾਂ ਨੂੰ ਬਾਪੂ ਦੀ ਟੌਰ ਬਣਾਤੀ ਬਾਪੂ ਦੀ ਟੌਰ ਬਣਾਦੀ ਐ ਲਾਈਨ ਵੀ ਫਾਇ ਵਧੀਆ ਗਾਣੇ ਬਾਪੂ ਦੀ ਟੌਰ ਬਣਾਦੀ ਅੱਛਾ ਅੱਛਾ ਦੇਖੋ ਦੇਖੋ ਇੱਕ ਗੱਲ ਹੁੰਦੀ ਐ ਜਦੋਂ ਤੁਹਾਡੇ ਮੰਮੀ ਜਣ ਨੂੰ ਪਤਾ ਐ ਕਿ ਮੁੰਡਾ ਰੈਪ ਕਰਦਾ ਐ ਤੁਹਾਡੇ ਅਲੱਗ-ਅਲੱਗ ਗਾਣੇ ਦੇ ਰੈਪ ਹੁੰਦੇ ਐ ਸੱਚੀ-ਸੱਚੀ ਦੱਸਿਓ ਤੁਹਾਡੇ ਡੈਡੀ ਜਾਂ ਮੰਮੀ ਨੇ ਕੋਈ ਰੈਪ ਤੁਹਾਡਾ ਹੀ ਕੁਝ ਲਾਈਨਾਂ ਤੁਹਾਨੂੰ ਸੁਣਾਈਆਂ ਹੋਣ ਨਹੀਂ 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 ਉਹ ਸੁਣਦੇ ਸਾਰੇ ਨੇ ਤੇ ਉਹ ਜਜਮੈਂਟ ਵੀ ਪਾਸ ਕਰ ਇਹ ਨਹੀਂ ਚੱਲਣਾ ਤੇਰਾ ਇਹ ਚੱਲੂਗਾ ਬਹੁਤ ਜ਼ਿਆਦਾ ਦੇਖ ਬਹੁਤ ਸੁਣਦੇ ਮੇਰੇ ਘਰ ਆਈ ਸੀਕ 24 ਘੰਟਿਆਂ ਤੋਂ ਲਾਈਕ ਮੈਕਸਿਮਮ ਟਾਈਮ ਪੰਜਾਬੀ ਚੈਨਲ ਲੱਗਿਆ ਹੁੰਦਾ ਮੇਰੇ ਮੰਮੀ ਪਾਪੂ ਨੂੰ ਸਾਰਾ ਪਤਾ ਵੀ ਅਮਰਿੰਦਰ ਭਾਈ ਦਾ ਕਿਹੜਾ ਨਵਾਂ ਗਾਣਾ ਆਇਆ ਦਿਲਜੀਤ ਭਾਈ ਦਾ ਕਿਹੜਾ ਨਵਾਂ ਗਾਣਾ ਆਇਆ ਗਿੱਪੀ ਭਾਈ ਦਾ ਸਾਰੇ ਲੇਟੈਸਟ ਗਾਣੇ ਉਹਨਾਂ ਨੂੰ ਪਤਾ ਨੇ ਉਹ ਮੈਨੂੰ ਦੱਸਦੇ ਨੇ ਉਹਦਾ ਨਿਆ ਨਵਾਂ ਗਾਣਾ ਸੁਣਿਆ ਕਿੰਨਾ ਵਧੀਆ ਉਹਦਾ ਤਾਂ ਕੁਝ ਕਰ ਮੈਂ ਕਿਹਾ ਚਲੋ ਜੀ ਕਰਦੇ ਆ ਮੈਨੂੰ ਨਹੀਂ ਪਤਾ ਹੁੰਦਾ ਪਰ ਉਹਨਾਂ ਨੂੰ ਦੇ ਆਰ ਵੈਰੀ ਅਵੇਅਰ ਨਾਓ ਓਕੇ ਦੇਖੋ ਸਾਡੇ ਲਈ ਤਾਂ ਤੁਸੀਂ ਬਾਦਸ਼ਾਹ ਹੋ ਹਾਂਜੀ ਹਾਂਜੀ ਬੇਬੇ ਬਾਪੂ ਲਈ ਕੀ ਹੋ ਕੀ ਕਹਿੰਦੇ ਉਹਨਾਂ ਬਾਦੀ ਬਿੱਟੂ ਬਿੱਟੂ ਆ ਜਾ ਬਿੱਟੂ ਅਰੇ ਵੈਰੀ ਗੁੱਡ ਐ ਬਿੱਟੂ ਬੇਬੇ ਬਾਪੂ ਦਾ ਤੁਹਾਡਾ ਗਾਇਆ ਹੋਇਆ ਕਿਹੜਾ ਗਾਣਾ ਫੇਵਰਟ ਹੈ ਜਿਹੜਾ ਉਹ ਅਕਸਰ ਅਕਸਰ ਜਦੋਂ ਤੁਸੀਂ ਫੈਮਲੀਆ ਚ ਜਦੋਂ ਫੈਮਲੀ ਨਾਲ ਤੁਸੀਂ ਜਾਂਦੇ ਹੋ ਰਿਸ਼ਤੇਦਾਰਾਂ ਚ ਹੈ ਨਾ ਜਿਹੜਾ ਕਹਿੰਦੇ ਬਿੱਟੂ ਉਹ ਵਾਲਾ ਸੁਣਾ ਉਹ ਵਾਲਾ ਸੁਣਾ ਕਿਹੜਾ ਕਹਿੰਦੇ ਹੁੰਦੇ ਆ ਉਹਨਾਂ ਨੂੰ ਪਤਾ ਵੀ ਮੈਂ ਬਹੁਤ ਸ਼ਰਮਿਲਾ ਜੈਂ ਮੈਂ ਫੈਮਲੀ ਫੰਕਸ਼ਨਸ ਉਧਰ ਵੀ ਅਟੈਂਡ ਨਹੀਂ ਕਰਦਾ ਜਿਆਦਾ ਨਹੀਂ ਮੈਂ ਮੈਨੂੰ ਪਤਾ ਵੀ ਸਾਰੀ ਜਗ੍ਹਾ ਉਹੀ ਚੀਜ਼ਾਂ ਨੇ ਬਟ ਉਹਨਾਂ ਨੂੰ ਸਾਰੇ ਗਾਣੇ ਵਧੀਆ ਲੱਗਦੇ ਨੇ ਅੱਜ ਤੋਂ ਪਾਰਟੀ ਸ਼ੁਰੂ ਹੋਈ ਹੈ ਸਾਰੇ ਵਧੀਆ ਉਹਨਾਂ ਪ੍ਰੋਪਰ ਪਟੋਲਾ ਬਹੁਤ ਵਧੀਆ ਲੱਗਦਾ ਉਹਨਾਂ ਨੂੰ ਓ ਦੇ ਲਾਈਕ ਆਲ ਮਾਈ ਸੌਂਗਸ ਕੋਈ ਹਾਂ ਜੀ ਚਲੋ ਵਧੀਆ ਗੱਲ ਅੱਛਾ ਹੁਣ ਜਿਵੇਂ ਪ੍ਰੋਪਰ ਪਟੋਲਾ ਦੀ ਗੱਲ ਚੱਲੀ ਸੀ ਹੁਣ ਗੱਲਾਂ ਬਾਤਾਂ ਦੇ ਵਿੱਚ ਮਸਾਲਾ ਜਿਹਾ ਆ ਜਾਂਦਾ ਨਾ ਜਦੋਂ ਫਿਰ ਗੱਲ ਬਣ ਜਾਂਦੀ ਹੈ ਪ੍ਰੋਪਰ ਪਟੋਲਾ ਵਾਲਾ ਇੱਕ ਵਾਰੀ ਰੈਪ ਹੋ ਜੇ ਤਾਂ ਥੋੜਾ ਜਿਹਾ ਉਸ ਹਿਸਾਬ ਨਾਲ ਤਰੰਗ ਜੀ ਆ ਜੂਗੀ ਲੋਕ ਰੱਬ ਨੇ ਹੁਸਨਾ ਦੀ ਰੱਖੀ ਕੋਈ ਥੋੜ ਨਹੀਂ ਗੱਲਾਂ ਦੀ ਲਾਲੀ ਨੂੰ ਮੇਕਅਪ ਦੀ ਕੋਈ ਲੋੜ ਨਹੀਂ ਫੁੱਲ ਗੁਲਾਬ ਦੇ ਬੁਲਨੇ ਜਨਾਬ ਦੇ ਸੌਂ ਲੱਗੇ ਮੰਮੀ ਦੀ ਮੈਨੂੰ ਤੇਰਾ ਕੋਈ ਤੋੜ ਨਹੀਂ ਠੋਡੀ ਤੇ ਤਿਲ ਕਾਲਾ ਕੁੜੀ ਐ ਨੀ ਬਾਤਾ ਪਾਵੇ ਸੂਟ ਪੱਟੀ ਵਾਲਾ ਉੱਚੀ ਉੱਚੀ ਨੂੰ ਮਾਤਾ ਪਾਵੇ ਯਾ ਕਰ ਤੇਰਾ ਨੀ ਮੈਂ ਆਪੇ ਲਵ ਲੂ ਸਾਨੂੰ ਵਸ ਦੱਸ ਜਾ ਤੂੰ ਨਾ ਪ੍ਰੋਫ ਫਟੋਲਾ ਨਖਰਾ ਐ ਸਵੈਗ ਦੇਖੋ ਬਾਸ਼ਾ ਇਹ ਗੱਲ ਹੋਰ ਹੁੰਦੀ ਐ ਦੇਖੋ ਤੁਸੀਂ ਕੋਈ ਰੈਪ ਕੀਤਾ ਤੁਸੀਂ ਕੋਈ ਗਾਣਾ ਗਾਇਆ ਲੋਕਾਂ ਨੇ ਪਸੰਦ ਕੀਤਾ ਉੱਥੋਂ ਬਾਸ਼ਾ ਨੂੰ ਇਹ ਪਤਾ ਲੱਗਦਾ ਹੈ ਕਿ ਯਾਰ ਯੂਥ ਦੀ ਪਲਸ ਆਏ ਫਿਰ ਤੁਹਾਨੂੰ ਆਪਣੀ ਸੋਚ ਤੇ ਭਰੋਸਾ ਹੋਣ ਲੱਗਦਾ ਯਾਰ ਮੈਂ ਸਹੀ ਸੋਚ ਰਿਹਾ ਹਾਂ ਹੈਨਾ ਤੇ ਤੁਸੀਂ ਜਿਹੜੇ ਅੱਜ ਕੱਲ ਵੀ ਸੌਂਗ ਲਿਖਦੇ ਹੋ ਸਾਰੇ ਆਪ ਹੀ ਲਿਖਦੇ ਹੋ ਪਹਿਲਾਂ ਵੀ ਆਪ ਹੀ ਲਿਖੇ ਆ ਜਾਂ ਕਿਸੇ ਦੀ ਲਿਖਣੀ ਤੋਂ ਬੜੇ ਇੰਪ੍ਰੈਸਡ ਹੁੰਨੇ ਕਿ ਭਈ ਯਾਰ ਇਹ ਇਹ ਮੁੰਡਾ ਮੇਰੇ ਲਈ ਬਹੁਤ ਵਧੀਆ ਲਿਖਦਾ ਹੈ ਨਾ ਇੱਕ ਉਹ ਲਿਖਾਇੀ ਤੂੰ ਮੇਰੇ ਲਈ ਵੀ ਲਿਖ ਦੀ ਇੰਪ੍ਰੈਸ ਤਾਂ ਮੈਂ ਬਹੁਤ ਬਹੁਤ ਆਰਟਿਸਟ ਨੇ ਜਿਨ੍ਹਾਂ ਦੀ ਲਿਖਣੀ ਤੋਂ ਮੈਂ ਇੰਪ੍ਰੈਸਡ ਹਾਂ ਗੁਰਦਾਸ ਮਾਨ ਜੀ ਹਮਮ ਸਤਿੰਦਰ ਸਰਤਾਰ ਜੀ ਬਹੁਤ ਵਧੀਆ ਲਿਖਦੇ ਨੇ ਤੇ ਬਹੁਤ ਸਾਰੇ ਆਰਟਿਸਟ ਨੇ ਜਿਹੜੇ ਵਧੀਆ ਲਿਖਦੇ ਨੇ ਬਟ ਮੈਂ ਉਹਨਾਂ ਨੂੰ ਕਾਪੀ ਨਹੀਂ ਕਰਦਾ ਅੱਛਾ ਆਈ ਏਮ ਇੰਪ੍ਰੈਸਡ ਆਈ ਏਮ ਇਨਸਪਾਇਰਡ ਬਟ ਮੈਂ ਲਿਖਦਾ ਆਪ ਹੀ ਹਾਂ ਸਾਰਾ ਕੁਝ ਅਜ ਤੱਕ ਮੈਂ ਲਾਈਕ ਮੈਨੂੰ ਲੱਗਦਾ ਵੀ ਜਿਹੜਾ ਰੈਪਰ ਕਿਸੇ ਹੋਰ ਦੇ ਲਿਖੇ ਹੋਏ ਗਾਣੇ ਗਾਉਂਦਾ ਹੈ ਉਹ ਉਹ ਅਸਲੀ ਰੈਪਰ ਨਹੀਂ ਹੈ ਉਹ ਅਸਲੀ ਆਰਟਿਸਟ ਨਹੀਂ ਉਹ ਫੀਲ ਹੀ ਨਹੀਂ ਕਰ ਸਕਦਾ ਹਮ ਤੇ ਮੈਂ ਸਾਰਾ ਕੁਝ ਆਪ ਹੀ ਲਿਖਦਾ ਬਟ ਮੀਨਸ ਮੈਨੂੰ ਬਹੁਤ ਵਧੀਆ ਲੱਗਦੀ ਐ ਲੋਕਾਂ ਦੀ ਲਿਖਣੀ ਆ ਹੂੰ 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 ਬਹੁਤ ਸਾਰੇ ਨਵੇਂ ਮੁੰਡੇ ਨੇ ਜਿਹੜੇ ਵਧੀਆ ਲਿਖਦੇ ਨੇ ਜਾਨੀ ਹਾਂ ਜਾਨੀ ਬਹੁਤ ਵਧੀਆ ਲਿਖਦੇ ਗੱਲ ਤੇਰੀ ਸੋਚ ਤੋਂ ਬਰੇ ਵਾਲਾ ਕਮਾਲ ਦੀ ਗੱਲ ਬਹੁਤ ਬਹੁਤ ਵਧੀਆ ਗਾਣੇ ਲਿਖੇ ਨੇ ਵੀਤ ਭਾਜੀ ਵੀਤ ਬਲਜੀਤ ਪੁਰਹ ਹਾਂ ਟੈਲੈਂਟ ਤਾਂ ਬਹੁਤ ਤੁਹਾਨੂੰ ਪਤਾ ਹੀ ਹੋਰ ਪੰਜਾਬ 'ਚ ਜੋ ਟੈਲੈਂਟ ਪੰਜਾਬ 'ਚ ਨਹੀਂ ਹੋਇਆ ਫਿਰ ਕਿੱਥੇ ਹੋਊਗਾ ਇਹ ਵੀ ਗੱਲ ਐ ਇਹ ਵੀ ਗੱਲ ਹੈਨਾ ਦੇਖੋ ਅੱਛਾ ਹੁਣ ਜਿਵੇਂ ਤੁਹਾਡੇ ਸਟੈਪ ਅਲੱਗ-ਅਲੱਗ ਚੜਦੇ ਜਾਂਦੇ ਐ ਹੁਣ ਇੱਕ ਨਵਾਂ ਸਟੈਪ ਆਇਆ ਤੁਹਾਡੇ ਮੋੜ ਦਾ ਤੁਸੀਂ ਮਾਇਆ ਫਿਲਮ ਦਾ ਐਂਥਮ ਗਾਇਆ ਜੀ ਇਹ ਕਿੰਨਾ ਕੁ ਦਿਲ ਤੇ ਵੱਜਿਆ ਇਹ anthem ਤੁਹਾਡੇ ਪਹਿਲਾਂ ਤਾਂ ਮੈਂ ਅ ਮੈਂ ਟਾਈਮ ਲਿਤਾ ਬਹੁਤ ਜ਼ਿਆਦਾ ਇਹ anthem ਬਣਾਉਣ ਵਾਸਤੇ ਬਿਕੋਜ਼ ਮੈਂ ਨਹੀਂ ਚਾਹਣਾ ਸੀ ਵੀ ਇਹ ਐਡ ਲੱਗੇ ਹਾਂ ਮੈਂ ਚਾਹਣਾ ਮੈਂ ਚਾਹੁੰਦਾ ਸੀ ਵੀ ਇਹ ਲੋਕ ਲੋਕੀ ਗਾਉਣ ਹਾਂ ਉਹਨਾਂ ਨੂੰ ਗਾਣਾ ਲੱਗੇ ਤੇ ਆਈ ਥਿੰਕ ਉਹ ਹੋਇਆ ਬਹੁਤ ਬਹੁਤ ਲਾਈਕ ਲੋਕ 에 ਰਿਸੋਰਸ ਦੇ ਵਿੱਚ ਮਾਈ ਐਫਐਮ ਦਾ ਗਾਣਾ ਇਹ ਕਹਿੰਦੇ ਨੇ ਬਹੁਤ ਵਧੀਆ ਗਾਣਾ ਹੈ ਅੱਛਾ ਮਾਈ ਐਫਐਮ ਦਾ ਉਹ ਬਾਅਦ ਚ ਲੱਗਦਾ ਉਹਨਾਂ ਨੂੰ ਸੇ ਬਹੁਤ ਵਧੀਆ ਐਕਸਪੀਰੀਅੰਸ ਸੀ ਮੇਰੇ ਵਾਸਤੇ ਆਈ ਇੰਜੋਏਡ ਅ ਲੋਟ ਵਰਕਿੰਗ ਵਿਦ ਮਾਈ ਐਫਐਮ ਪੀਪਲ ਉਹ ਮੈਨੂੰ ਇੱਕ ਚੈਲੰਜ ਵੀ ਸੀਗਾ ਤੁਹਾਡੇ ਲਈ ਕਿ ਵੀ ਲੋਕਾਂ ਦੀ ਜ਼ੁਬਾਨ ਤੇ ਹੋਵੇ ਇਜ਼ੀ ਵਰਡ ਹੋਣ ਇਜ਼ੀ ਵਰਡਸ ਹੋਣ ਲੋਕਾਂ ਦੀ ਜ਼ੁਬਾਨ ਤੇ ਹੋਵੇ ਤੇ ਜਿਹੜਾ ਮੈਨੂੰ ਬਰੀਫ ਮਿਲਿਆ ਸੀ ਹਾਂ ਮਾਈ ਐਫਐਮ ਤੋਂ ਵੀ ਆਪਾਂ ਨੂੰ ਚਾਹੀਦਾ ਕੰਟੈਂਟ ਉਹ ਵੀ ਆਵੇ ਉਹ ਵਧੀਆ ਵੀ ਲੱਗੇ ਤੇ ਲੋਕੀ ਗਾਉਣ ਵੀ ਇਹ ਤਾਂ ਫਿਰ ਮੈਥਮੈਟਿਕਸ ਹੋ ਗਈ ਸਾਰੀ ਅੱਛਾ ਇੱਕ ਹੋਰ ਬੜੀ ਖਾਸ ਗੱਲ ਹੁੰਦੀ ਹੈ ਹਾਂਜੀ ਦੇਖੋ ਤੁਸੀਂ ਆਪ ਲਿਖਦੇ ਹੋ ਪਰ ਤੁਹਾਡਾ ਨਾਮ ਜਦੋਂ ਤੋਂ ਚੱਲਣਾ ਸ਼ੁਰੂ ਹੋਇਆ ਤੁਹਾਡੇ ਨਾਲ ਹਨੀ ਸਿੰਘ ਨੇ ਗਾਇਆ ਠੀਕ ਹੈ ਪਰ ਉਹ ਲਿਖਣੀ ਤੁਹਾਡੀ ਰਹੀ ਸੀਗੀ ਜਾਂ ਜਿਵੇਂ ਹਨੀ ਸਿੰਘ ਕਹਿੰਦੇ ਕਿ ਵੀ ਉਹ ਆਪਣੇ ਗਾਣੇ ਆਪ ਲਿਖਦਾ ਤੁਸੀਂ ਕਹਿੰਦੇ ਹੋ ਤੁਸੀਂ ਲਿਖਦੇ ਹੋ ਤੇ ਜਿਹੜੇ ਗਾਣੇ ਤੁਸੀਂ ਗਾਏ ਉਹ ਕਿਹਨੇ ਲਿਖਿਆ ਫਿਰ ਜਿਹੜੇ ਤੁਸੀਂ ਇਕੱਠਿਆਂ ਨਾਲ ਗਾਏ ਆ ਨਹੀਂ ਨਹੀਂ ਜਿੱਦਾਂ ਪਹਿਲਾ ਰੈਪ ਆਇਆ ਸੀ ਹਨੀ ਭਾਜੀ ਦਾ ਚੰਡੀਗੜ੍ਹ ਦੇ ਨਜ਼ਾਰੇ ਨਪਟਿਆ ਉਹ ਮੈਂ ਹੀ ਲਿਖਿਆ ਸੀ ਬਿਕਾਜ਼ ਆਈ ਏਮ fromParams ਚੰਡੀਗੜ੍ਹ ਤੇ ਚੰਡੀਗੜ੍ਹ ਦਾ ਮੈਨੂੰ ਹੀ ਪਤਾ ਸੀ ਵੀ 17 ਦੀ ਮਾਰਕੀਟ 35 ਦਾ ਸੀਸੀਡੀ ਉਹ ਮੈਨੂੰ ਪਤਾ ਸੀ ਤੇ ਉਸ ਤੋਂ ਬਾਅਦ ਵੀ ਸੀ ਰਾਈਟਿੰਗ ਜਦ ਆਪਾਂ ਇਕੱਠੇ ਸੀ ਇਟ ਵਾਸ ਅ ਵੈਰੀ ਕਲੈਕਟਿਵ constructive process ਤੇ ਆਪਾਂ ਨੇ ਆਪਾਂ ਮਿਲ ਕੇ ਬਹੁਤ ਗਾਣੇ ਲਿਖੇ ਨੇ ਬਰਾਊਨ ਰਿੰਗ ਮੈਂ ਲਿਖਿਆ ਤੇ ਅੰਗਰੇਜ਼ੀ ਬੀਟ ਦਾ ਰੈਪ ਮੈਂ ਲਿਖਿਆ ਤੇ ਹੋਰ ਵੀ ਬਟ ਵਧੀਆ ਸੀ ਉਹ ਬਹੁਤ ਕ੍ਰੀਏਟਿਵ ਜਿਹਾ ਮਾਹੌਲ ਸੀ ਹੂੰ 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 ਤੇ ਵਧੀਆ ਵਾਈਬਸ ਹੁੰਦੀਆਂ ਸੀ ਸਟੂਡੀਓ ਚ ਓਕੇ ਓਕੇ ਇਹ ਤਾਂ ਤੁਸੀਂ ਦੱਸ ਸਕਦੇ ਹੋ ਕਿ ਉਹ ਗਾਣਿਆਂ ਦੇ ਰੈਪ ਤੁਸੀਂ ਲਿਖੇ ਹੋਏ ਆ ਹੁਣ ਮੈਂ ਚਾਰਾ ਜਿਵੇਂ ਚੰਡੀਗੜ੍ਹ ਦੇ ਨਜ਼ਾਰੇ ਨੇ ਪਟਿਆ ਉੱਥੋਂ ਇੱਕ ਬੂਮ ਮਿਲਿਆ ਸੀਗਾ ਹਨਾ ਮੈਂ ਚਾਰਾ ਸੀ ਕਿ ਉਸ ਮਾਹੌਲ ਦੇ ਇੱਕ ਵਾਰੀ ਦੁਬਾਰਾ ਬਣ ਜੇ ਕਿ ਕਿਸ ਤਰ੍ਹਾਂ ਦਾ ਉਹਦੇ ਚ ਸੀਗਾ ਉਹ ਭਾਜੀ ਉਹ ਰਾਜ ਬਰਾੜ ਭਾਜੀ ਦਾ ਗਾਣਾ ਕਰ ਰਹੇ ਸੀ ਤੇ ਚੰਡੀਗੜ੍ਹ ਦੇ ਚੰਡੀਗੜ੍ਹ ਤੇ ਗਾਣਾ ਸੀ ਤੇ ਭਾਜੀ ਕਹਿੰਦੇ ਯਾਰ ਮੈਂ ਰੈਪ ਕਰੂੰਗਾ ਓਕੇ ਮੈਂ ਕਿਹਾ ਭਾਜੀ ਵੈਰੀ ਗੁੱਡ ਆਈਡੀਆ ਆਈਡੀਆ ਵਧੀਆ ਸੀ ਹਨਾ ਬਟ ਉਹ ਉਹ ਉਦੋਂ ਸਿਰ ਜਿਹੜੇ ਪੰਜਾਬੀ ਰੈਪਰ ਸੀ ਓਨਲੀ ਬੋਹਿਮੀਆ ਬਾਜੀ ਸੀ ਹਾਂ ਬਟ ਉਹ ਰੈਪ ਕਰਦੇ ਸੀ ਆਪਣੀ ਜ਼ਿੰਦਗੀ ਬਾਰੇ ਤੇ ਕੈਲੀਫੋਰਨੀਆ ਜਿੱਥੋਂ ਦਾ ਉਹ ਬਿਲੋਂਗ ਕਰਦੇ ਨੇ ਅਮਰੀਕਾ ਉਹ ਉਸ ਉਸ ਬਾਰੇ ਤੇ ਲੋਕਲ ਜਿਹੜੀ ਆਪਣੀ ਕਮਿਊਨਿਟੀ ਸੀ ਉਸ ਬਾਰੇ ਕੋਈ ਰੈਪ ਨਹੀਂ ਕਰਦਾ ਸੀ ਇਹ ਵੀ ਗੱਲ ਹੈ ਹਾਂ ਤੇ ਫਿਰ ਆਪਾਂ ਡਿਸਾਈਡ ਕੀਤਾ ਵੀ ਆਪਾਂ ਜਮਾਂ ਲੋਕਲ ਰੈਪ ਕਰਨਾ ਤੇ ਢੋਲ ਤੇ ਹੀ ਕਰਨਾ ਪਰ ਆਪ ਅੱਛਾ ਹਾਂ ਤੇ ਫਿਰ ਆਪਾਂ ਉਹ ਲਿਖਿਆ ਸੀ ਗਾਣਾ ਲੋਵੀ ਦੁਗ ਦੁਗ ਕਰਦੀ ਆ ਬੁਲਟਾਂ ਨੇ ਆ ਗਈਆਂ ਮੁੰਡਿਆਂ ਦੀ ਟੋਲੀ ਗੇੜੀ ਰੂਟ ਉੱਤੇ ਆ ਗਈਆਂ ਜਿੱਪ ਪਰ ਅਖੀ ਲੰਡੀਆਂ ਮਾਰਦੇ ਨੇ ਤੜੀਆਂ ਭਾਲਦੇ ਨੇ ਲੱਭਦੇ ਨੇ ਹਾਣ ਦੀਆਂ ਕੁੜੀਆਂ ਫਿਕਰ ਨਫਾ ਕੇ ਵੱਡੇ ਡੈਡੀਆ ਦੇ ਕਾਕੇ ਵੇਖੋ ਦਾਰੂ ਅਤੇ ਕੁੜੀਆਂ ਨੇ ਕੱਢ ਦੇ ਕੜਾ ਕੇ ਭਾਵੇਂ 35 ਦਾ ਹੋਸੀ ਸਿਡੀ 17 ਦੀ ਮਾਰਕੀਟ ਗੱਡੀਆਂ ਜਿ ਵੱਜਦੀਆਂ ਰਾਜ ਬਰਾਰ ਹਿੱਟ ਇਹ ਗਾਣਾ ਉਦੋਂ ਲਿਖਿਆ ਸੀ ਸਹੀ ਗੱਲ ਹੈ ਹਾਂ ਸਹੀ ਗੱਲ ਅਜਾ ਦੇਖੋ ਬਾਸ਼ਾ ਅਲੱਗ-ਅਲੱਗ ਮੋੜ ਤੁਹਾਡੀ ਦੋਸਤੀ ਦੇ ਵਿੱਚ ਵੀ ਉਸ ਤੋਂ ਬਾਅਦ ਅਗਲੀ ਵਾਰ ਆਏ ਲੇਕਿਨ ਲਾਸਟ ਮੈਂ ਜਦੋਂ ਤੁਹਾਡੇ ਮੂੰਹ ਤੋਂ ਇਹ ਗੱਲ ਸੁਣੀ ਸੀਗੀ ਇਹ ਗੱਲ ਕਿਉਂ ਕਹਿਣੀ ਪਈ ਸੀਗੀ ਬਾਸ਼ਾ ਨੂੰ ਕਿ ਉਹ ਨੈਕਸਟ ਹਨੀ ਹਨੀ ਸਿੰਘ ਨਹੀਂ ਬਣਨਾ ਚਾਹੁੰਦੇ ਯੋਯੋ ਹਨੀ ਸਿੰਘ ਨਹੀਂ ਬਣਨਾ ਚਾਹੁੰਦੇ ਕੀ ਕਿਉਂ ਐਸੀ ਗੱਲ ਕਹਿਣੀ ਪਈ ਸੀ ਤੇ ਕੀ ਆਇਆ ਸੀ ਮਾਈਂਡ 'ਚ ਕੀ ਸਵਾਲ ਹੋਇਆ ਸੀ ਐਸਾ ਆਈ ਥਿੰਕ ਕੋਈ ਵੀ ਆਰਟਿਸਟ ਜਿਹੜਾ ਇਹ ਮੇਰੀ ਐਡਵਾਈਸ ਵੀ ਹੈ ਜਿਹੜੇ ਯੰਗ ਜਨਰੇਸ਼ਨ ਹੈ ਜਿਹੜੇ ਅਗੇ ਇਹ ਆਰਟ ਪਰਸੂ ਕਰਨਾ ਚਾਹੁੰਦੇ ਆ ਵੀ ਕਿਸੇ ਦੀ ਕਾਪੀ ਨਾ ਕਰੋ ਬੀ ਯੂਨਿਕ ਆਈ ਵਾਂਟ ਟੂ ਬੀ ਆਈ ਡੂ ਨੋਟ ਵਾਂਟ ਟੂ ਬੀ ਦ ਨੈਕਸਟ ਹਨੀ ਸਿੰਘ ਆਈ ਡੂ ਨੋਟ ਵਾਂਟ ਟੂ ਬੀ ਦ ਨੈਕਸਟ ਬੋਹੀਮੀਆ ਆਈ ਵਾਂਟ ਟੂ ਬੀ ਦ ਫਰਸਟ ਬਾਚ ਲੋਕੀ ਭਾਵੇਂ ਯੂ نو ਮੇਰੇ ਬਾਅਦ ਵੀ ਆਰਟਿਸਟ ਹੋਣਗੇ ਆਈ ਥਿੰਕ ਦੇ ਸ਼ੁੱਡ ਬੀ ਥੈਮਸੈਲਵਜ਼ ਮੇਰਾ ਆਪਣਾ ਮੈਂ ਚਾਹੁੰਦਾ ਸੀ ਵੀ ਮੇਰਾ ਆਪਣਾ ਸਟਾਈਲ ਹੋਵੇ ਮੇਰੀ ਆਪਣੀ ਪਛਾਣ ਹੋਵੇ ਤੇ ਉਹੀ ਹੈ ਹੋਰ ਤਾਂ ਕੋਈ ਗੱਲ ਨਹੀਂ ਹੈ ਇਦਾਂ ਦੀ ਕੋਈ ਗੱਲ ਨਹੀਂ ਐ ਲੋਕੀ ਕਹਿੰਦੇ ਨੇ ਥੋੜੇ ਥੋੜੇ ਹੈਗੇ ਰਿਗਰਟਸ ਰਿਗਰਟਸ ਨਹੀਂ ਤੋ ਕੁਝ ਵੀ ਨਹੀਂ ਐ ਜਸਟ ਮੈਨੂੰ ਲੱਗਦਾ ਵੀ ਲਾਈਫ ਬਹੁਤ ਕੁਝ ਸਿਖਾਉਂਦੀ ਐ ਤੁਹਾਨੂੰ ਤੁਸੀਂ ਸਿੱਖੋ ਤੇ ਅੱਗੇ ਵਧੋ ਲਾਈਫ ਇਜ਼ অল ਬਹੁਤ ਛੋਟੀ ਲਾਈਫ ਐ ਤੁਹਾਨੂੰ ਪਤਾ ਵੀ ਨਹੀਂ ਚੱਲਣਾ ਕਦ ਖਤਮ ਐ 30 ਸਾਲਾ ਦਾ ਹੋ ਗਿਆ 20 ਸਾਲ ਦਾ ਸੀ ਮੈਨੂੰ ਜਸਟ ਸਟਾਰਟ ਕੀਤਾ ਸੀ ਔਰ ਬਾਕੀ ਗੱਲ ਇਹ ਹੁੰਦੀ ਐ ਕਿ ਤੁਸੀਂ ਆਪਣੀ ਲਾਈਫ ਚੈਨਲ ਰੁੱਜ ਗਿਓ ਆਪਣੀ ਲਾਈਫ ਚ ਰੁੱਝੇ ਬਿਲਕੁਲ ਇੰਜੋਏ ਕਰੋ ਇੰਜੋਏ ਕਰੋ ਬਹੁਤ ਛੋਟੀ ਲਾਈਫ ਐ ਇੰਜੋਏ ਕਰੋ ਸਮਾਈਲ ਹੱਸ ਖੇਡੋ ਹੱਸੋ ਕੋ ਜਿੱ ਰੱਜ ਕੇ ਬਾਸ਼ਾ ਉਹ ਟਾਈਮ ਰਹਾ ਜਦੋਂ ਤੁਸੀਂ ਪਹਿਲਾਂ ਜਦੋਂ ਰੈਪ ਕਰਦੇ ਹੁੰਦੇ ਸੀਗੇ ਉਦੋਂ ਤਾਂ ਮਾਈਂਡ ਦੇ ਵਿੱਚ ਪੈਸੇ ਦਾ ਖਿਆਲ ਵੀ ਨਹੀਂ ਹੁੰਦਾ ਸੀਗਾ ਪੂਰੀ ਖੁਸ਼ੀ ਲਈ ਔਰ ਆਪ ਗਾਤਾ ਯਾਰ ਬਾਅਸ ਸੇ ਇਸ ਤੇ ਗਾਣਾ ਮੈਂ ਇਹ ਕਰ ਰਹਾ ਹੂੰ ਕਰ ਰਹਾ ਫਿਰ ਉਸ ਤੋਂ ਬਾਅਦ ਇੱਕ ਐਸਾ ਮੋੜ ਆਂਦਾ ਜਦੋਂ ਕਰਦਿਆਂ ਨੂੰ ਵੀ ਇਹ ਹੁੰਦਾ ਬਾਸ਼ਾ ਪੈਸੇ ਵੀ ਕਮਾਉਣ ਲੱਗੇ ਫਿਰ ਉਹ ਕਿਹੜਾ ਰੈਪ ਐਸਾ ਰਿਹਾ ਸੀ ਪਹਿਲਾਂ ਜਿਸ ਤੋਂ ਫਿਰ ਇਨਕਮ ਆਣੀ ਸ਼ੁਰੂ ਹੋਈ ਕਿੰਨੀ ਇਨਕਮ ਹੋਈ ਸੀ ਕੀ ਕੁਛ ਐਦਾਂ ਤੇ ਰਹਾ ਹਾਂ ਕਦੀ ਵੀ ਅ ਅ ਮੈਂ ਕਦੀ ਵੀ ਪੈਸੇ ਵਾਸਤੇ ਆਈ ਏਮ ਬੀਇੰਗ ਵੈਰੀ ਓਨੈਸਟ ਮੈਂ ਕਦੀ ਵੀ ਪੈਸੇ ਵਾਸਤੇ ਰੈਪ ਕੀਤਾ ਹੀ ਨਹੀਂ ਨਾ 뮤זיਕ ਬਣਾਇਆ ਮੈਂ 뮤זיਕ ਬਣਾਇਆ ਹਰ ਵਾਰ ਜਦ ਵੀ ਮੈਂ 뮤זיਕ ਬਣਾਉਣਾ ਮੈਂ ਆ ਸੋਚ ਕੇ ਬਣਾਉਂਦਾ ਵੀ ਮੈਂ ਇਹ ਮੇਰਾ ਪਹਿਲਾ ਗਾਣਾ ਹੈ ਆ ਤੇ ਮੈਂ ਬਹੁਤ ਲਾਈਕ ਕੋਈ ਸਕੋਪ ਨਾ ਰਵੇ ਹਾਂ ਹਮੇਸ਼ਾ ਕੁਝ ਨਾ ਕੁਝ ਡਿਫਰੈਂਟ ਕਰਦਾ ਤੁਸੀਂ ਵੇਖੋਗੇ ਮੈਂ ਐਵਰੀ ਟਾਈਮ ਆਈ ਟ੍ਰਾਈ ਸਮਥਿੰਗ ਡਿਫਰੈਂਟ ਭਾਵੇਂ ਉਹ ਚੱਲੇ ਨਾ ਚੱਲੇ ਉਹ ਚਲੋ ਆਡੀਅנס ਯੂ ਨੋ ਸਰ ਉਹਨਾਂ ਨੇ ਜਿਹੜਾ ਵੀ ਉਹ ਜਿਹੜਾ ਵੀ ਉਹਨਾਂ ਦਾ ਵਰਡਿਕਟ ਹੈ ਸਰ ਮਥੇ ਬਟ ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਵੀ ਕੁਝ ਡਿਫਰੈਂਟ ਕਰਾਂ ਜਦ ਪ੍ਰੋਪਰ ਪਟੋਲਾ ਮੈਂ ਕੀਤਾ ਸੀ ਦਿਲਜੀਤ ਭਾਜੀ ਮੇਰੇ ਨਾਲ ਮੈਂ ਗਾਣਾ ਕੀਤਾ ਸੀ ਬਹੁਤ ਸੇਵ ਹੁੰਦਾ ਜੇ ਮੈਂ ਉਹਨਾਂ ਨਾਲ ਕੋਈ ਦੇਸੀ ਗਾਣਾ ਕਰਦਾ ਜਾਂ ਜਿਹੜਾ ਉਹ ਜਿਹੜੇ ਸੁਰਤੇ ਉਹ ਗਾਉਂਦੇ ਨੇ ਹਾਈ ਪਿਚ ਤੇ ਉਹ ਕਰਦਾ ਬਟ ਮੈਂ ਸੋਚਿਆ ਮੈਂ ਕੁਝ ਡਿਫਰੈਂਟ ਕਰਨਾ ਹੈ ਹਮ ਕੁਝ ਨਵਾਂ ਕਰੀਏ ਪ੍ਰੋਪਰ ਪਟੋਲਾ ਚ ਬਹੁਤ ਲੋਅ ਸਕੇਲ ਤੇ ਗਾਇਆ ਉਹਨਾਂ ਨੇ ਤੇ ਬੈਡਵੇ ਵਿੱਚ ਵੀ ਮੈਂ ਗਿੱਪੀ ਭਾਜੀ ਨਾਲ ਕੰਮ ਕੀਤਾ ਮੈਂ ਉਹਨਾਂ ਨੂੰ ਹਿੰਦੀ ਚ ਗਵਾਇਆ ਮੈਂ ਕਿਹਾ ਭਾਜੀ ਡਿਫਰੈਂਟ ਕਰਦੇ ਆ ਵੀ ਚਲੋ ਰੋਟੀ ਦਾ ਔਖੀ ਸੌਖੀ ਆ ਹੀ ਜਾਊਗੀ ਹਮ ਬਟ ਇਸ ਇੰਡਸਟਰੀ ਨੂੰ ਕੁਝ ਨਵਾਂ ਦੇਈਏ ਯਾਦ ਰੱਖਣ ਲੋਕ ਆਪਣਾ ਵੀ ਆ ਇਹਨੇ ਕੀਤਾ ਸੀ ਏ ਵੀ ਗੱਲ ਹੈ ਵੀ ਗੱਲ ਔਰ ਮੈਂ ਜਿਹੜੀ ਥੋੜੀ ਲਾਸਟ ਇਹ ਜਿਵੇਂ ਬੈਡ ਬੇਬੀ ਦੀ ਗੱਲ ਚਲੀ ਮੈਂ ਪੂਰੀ ਮੂਵੀ ਦੇਖੀ ਮੈਨੂੰ ਮਜ਼ਾ ਆ ਗਿਆ ਇਹ ਗਾਣੇ ਨੂੰ ਸੁਣ ਕੇ ਪਰ ਮੈਨੂੰ ਥੋੜਾ ਜਿਹਾ ਇਹ ਜ਼ਰੂਰ ਹੋਇਆ ਕਿ ਯਾਰ ਇਹ ਗਾਣਾ ਖਿਰਚ ਕਿਉਂ ਪਾਇਆ ਹੈਗਾ ਇਹ ਨੂੰ ਤਾਂ ਵਿੱਚ ਹੋਣਾ ਚਾਹੀਦਾ ਸੀਗਾ ਇਹ ਘੱਟ ਗਾਣੇ ਨੂੰ ਹੈਨਾ ਤੇ ਇਹ ਬੈਡ ਬੇਬੀ ਦਾ ਕਿਵੇਂ ਖਿਆਲ ਆ ਵਸੇ ਅਟਰੈਕਟਿਵ ਵਰਡਸ ਇਹ ਕਿਵੇਂ ਆਏ ਦਿਮਾਗ 'ਚ ਯਾਰ ਕੀ ਇਹ ਚੱਕੀ ਆਪਾਂ ਇਹ ਨੂੰ ਛੋਟੇ ਹੁੰਦੇ ਸੀ ਆਪਾਂ ਗੇੜੀ ਮਾਰਦੇ ਸੀ ਰਜੋਰੀ ਗਾਰਡਨ ਉੱਥੇ ਹੁੰਦੀ ਸੀ ਇੱਕ ਬੇਬੀ ਉਹ ਬੜੀ ਬੈਡ ਸੀ ਅੱਛਾ ਉਹਨੀ ਸੋਚ ਕੇ ਖਿਆਲ ਆਇਆ ਵੀ ਬਣਾਈ ਆਪਾਂ ਬੈਡ ਬੇਬੀ ਉਹ ਉਧਰ ਉਹ ਉੱਥੇ ਦੀ ਵਰਡਿੰਗ ਹੈ ਉੱਥੋਂ ਦੀ ਗਾਣਾ ਚੱਕਿਆ ਆ ਆਪਾਂ ਗੇੜੀ ਮਾਰਦੇ ਸੀ ਉਹ ਬਸ ਲਾਰੇ ਲਾਈ ਰੱਖਦੀ ਸੀ ਬੇਬੀ ਬੜੀ ਬੈਡ ਸੀ ਤੇ ਮੈਂ ਤੇ ਵੈਸੇ ਉਹ ਵਰਡਸ ਪੂਰੇ ਗਾਣੇ ਦੇ ਵਿੱਚ ਪੁਰਾਏ ਹੋਏ ਤੁਸੀਂ ਕਿਸ ਤਰ੍ਹਾਂ ਦੇ ਵਰਡਸ ਤੇ ਮੈਂ ਚਾਹ ਰ ਸੀ ਕਿ ਇੱਕ ਵਾਰੀ ਉਹ ਥੋੜਾ ਜਿਹਾ ਮਾਹੌਲ ਜਿਹਾ ਉਸ ਤਰ੍ਹਾਂ ਦਾ ਹੋ ਜਾਂਦਾ ਬੇਬੀ ਬੜੀ ਬੈਡ ਹੈ ਸੀਨ ਥੋੜਾ ਸੈਡ ਹੈ मम्मी उसकी हाउस वाइफ सड़ियल उसका डैड है बाहर मिलने आती नहीं मुझको घर पे बुलाती नहीं खुद तो मुझे ले लेती है बुर मुझको मुझे दिलाती नहीं बड़ी बैड बेबी मेरी है बड़ी बैड बेबी ओ ओ ਸਹੀ ਗੱਲ ਹੈ ਅੱਛਾ ਬਾਸ਼ਾ ਜਿਵੇਂ ਸਿੰਗਲਸ ਦੇ ਗਾਣੇ ਗੱਡੀਆਂ ਦੇ ਪਿੱਛੇ ਲਿਖੇ ਹੁੰਦੇ ਤੇ ਅੱਜ ਕੱਲ ਨਵਾਂ ਜ਼ਮਾਨਾ ਹੈ ਬਾਸ਼ਾ ਦੇ ਗਾਏ ਹੋਏ ਰੈਪਾਂ ਦੀਆਂ ਲਾਈਨਸ ਜਿਹੜੀਆਂ ਹੁੰਦੀਆਂ ਉਹ ਗੱਡੀਆਂ ਦੇ ਪਿੱਛੇ ਲਿਖੀਆਂ ਹੁੰਦੀਆਂ ਤੇ ਮੈਂ ਚਾਹ ਰਿਹਾ ਸੀਗਾ ਕਿ ਵੀ ਇਹ ਜੀ ਕਿਹੜੀ ਲਾਈਨ ਤੁਸੀਂ ਪੜ੍ਹੀ ਹੈ ਜਾਂ ਸਭ ਤੋਂ ਜ਼ਿਆਦਾ ਰਿਸਪੌਂਸ ਜਿਹੜਾ ਲੋਕਾਂ ਤੋਂ ਤੁਸੀਂ ਦੇਖਿਆ ਸਟੇਜਾਂ ਦੇ ਉੱਤੇ ਉਹ ਕਿਹੜਾ ਰਿਹਾ ਸਾਰੇ ਗਾਣਿਆਂ ਦਾ ਮੈਨੂੰ ਪਤਾ ਸਭ ਦਾ ਪਰ ਸਭ ਤੋਂ ਜ਼ਿਆਦਾ ਜਦੋਂ ਮਜ਼ਾ ਹੀ ਆ ਗਿਆ ਯਾਰ ਕਿ ابھی ਤਾਂ ਪਾਰਟੀ ਸ਼ੁਰੂ ਹੀ ਆ ਤਾਂ ਮੈਂ ਮਤਲਬ ਦੱਸ ਨਹੀਂ ਸਕਦਾ ਤੁਹਾਨੂੰ ਮੈਂ ਅਹਮਦਾਬਾਦ ਸ਼ੋਅ ਕੀਤਾ ਸੀ ਅੱਛਾ ਤੇ ਮੈਨੂੰ ਲੱਗਦਾ ਸੀ ਵੀ ਉੱਥੇ ਮੈਨੂੰ ਕੌਣ ਜਾਣਦਾ ਹੋਗਾ ਨਾ ਅਹਮਦਾਬਾਦ ਓਕੇ ਮੈਂ ਦਿੱਲੀ ਮੈਂ ਮਸਾ ਮਸਾ ਆਪਾ ਚਲੋ ਮੈਂ ਅਹਮਦਾਬਾਦ ਗਿਆ ਮੈਂ ਸ਼ੋਅ ਤੇ ਗਿਆ ਉੱਥੇ 10000 ਬੰਦਾ ਸੀ ਅੱਛਾ ਜਿਨ੍ਹਾਂ ਨੂੰ ਪੂਰੇ ਪੂਰੇ ਗਾਣੇ ਯਾਦ ਸੀ ਜਿਨ੍ਹਾਂ ਨੂੰ ਪ੍ਰੋਪਰ ਪਟੋਲਾ ਤੱਕ ਯਾਦ ਸੀ ਅੱਛਾ ਜਿਨ੍ਹਾਂ ਜਿਨ੍ਹਾਂ ਨੇ ਸੰਗ ਪਾੜ ਪਾੜ ਕੇ ਬਾਦਸ਼ਾਹ ਬਾਸ਼ਾ ਕੀਤੀ ਹੋਈ ਸੀ ਮੈਂ ਉਦੋਂ ਮੈਨੂੰ ਪਤਾ ਲੱਗਿਆ ਵੀ 뮤직 ਦੀ ਪਾਵਰ ਕੀ ਹੈ ਅਹ ਅਹਮਦਾਬਾਦ ਇੰਡੋਰ ਆਪਾ ਸ਼ੋ ਕੀਤਾ ਸਾਰੇ ਮਤਲਬ ਰਿਸਪੌਂਸ ਆਈ ਥਿੰਕ ਗੋਡ ਹੈਜ਼ ਬੀਨ ਵੈਰੀ ਕਾਈਂਡ ਉਹ ਹੋਰ ਤਾਂ ਕੀ ਕਹਿ ਸਕਦੇ ਔਰ ਔਰ ਜਿਵੇਂ ਅਭੀ ਤਾਂ ਪਾਰਟੀ ਸ਼ੁਰੂ ਹੋਈ ਹੈ ਇਹ ਜੇ Song ਰਿਹਾਗਾ ਤੁਸੀਂ ਐਕਸਪੈਰੀਮੈਂਟ ਜਦੋਂ ਲਾਈਵ ਸ਼ੋਜ਼ ਕਰਦੇ ਹੁੰਦੇ ਹੋ ਕਿ ਇੱਕ ਲਾਈਨ ਗਾਈ ਅਗਲੀ ਲਾਈਨ ਦੁਨੀਆ ਚੱਕ ਕੇ ਅਰੇ ਇਹ ਚੱਲਦਾ ਰਹਿੰਦਾ ਤਾਂ ਮਸਤੀ ਦਾ ਮਾਹੌਲ ਔਰ ਜਿਵੇਂ ਜਿਵੇਂ ਮੈਂ ਖਾਸ ਤੌਰ ਤੇ ਇਹ ਗੱਲ ਕਰ ਰਿਹਾ ਜਿਵੇਂ ਤੁਸੀਂ ਉਹ ਵਾਲੇ ਲੋਕ ਜਿਹੜੇ ਜਿਨ੍ਹਾਂ ਤੋਂ ਜਿਨ੍ਹਾਂ ਨੂੰ ਤੁਸੀਂ ਵੀ ਦੇਖਣਾ ਚਾਹੁੰਦੇ ਯਾਰ ਇਹਨਾਂ ਨੂੰ ਯਾਦ ਵੀ ਹੈਗੇ ਨਹੀਂ ਤਾਂ ਇਹ ਚੱਲਦਾ ਉਸ ਟਾਈਮ ਵੀ ਤੁਹਾਡੇ ਮਨ ਬਹੁਤ ਚੱਲਦਾ ਮੈਂ ਗਾਉਂਦਾ ਹੀ ਨਹੀਂ ਮੈਂ ਤਾਂ ਮੈਂ ਕਹਿਣਾ ਵੀ ਮੈਨੂੰ ਪੈਸੇ ਕਾਹ ਤੋਂ ਦਿੰਨੇ ਹੋ ਗਾਉਂਦੇ ਤਾਂ ਤੁਸੀਂ ਲੋਕ ਅੱਛਾ ਅੱਛਾ ਸਾਰੇ ਗਾਣੇ ਗਾਉਂਦੇ ਨੇ ਬਟ ਬਹੁਤ ਸਰਪ੍ਰਾਈਜ਼ਿੰਗ ਸੀ ਆ ਆਪਾਂ Indore ਸੀ ਉਦੋਂ ਗਾਣਾ ਆਇਆ ਸੀ ਮੈਂ ਮਿਊਜ਼ਿਕ ਕੀਤਾ ਸੀ ਮੇਰਾ ਆਰਟਿਸਟ ਹੈ ਗੁਰਿੰਦਰ ਰਾਏ ਗਾਣਾ ਸੀ ਬਾਗੀ ਜੱਟ ਅੱਛਾ ਕਿਹੜਾ ਡੱਕ ਲੋਗ ਆ ਤੇਰੇ ਯਾਰ ਦਾ ਬਾਗੀ ਜੱਟ ਹੱਥ ਨਹੀਂ ਆਉਣਾ ਹਾਂ ਉਹ ਤੇਨਾਂ ਵਧੀਆ ਰਿਸਪ ਲੋਕਾਂ ਨੇ ਬਾਈਕ ਤੇ ਲਿਖਵਾਇਆ ਹੋਇਆ ਗੱਡੀਆਂ ਤੇ ਲਿਖਵਾਇਆ ਹੋਇਆ ਬਾਕੀ ਬਾਗੀ ਜੱਟ ਹੱਥ ਨਹੀਂ ਆਉਣਾ ਮੈਂ ਯਾਰ ਪੰਜਾਬ ਉਦੋਂ ਮੈਨੂੰ ਪਤਾ ਅੱਛਾ ਵਿੱਚ ਕੀ ਹੋਇਆ ਸੀ ਪੰਜਾਬੀ 뮤직 ਤੋਂ ਮੈਂ ਬਾਹਰ ਚਲਾ ਗਿਆ ਸੀ ਬਾਲੀਵੁੱਡ ਬਟ ਮੇਰੇ ਮਨ ਚ ਸੀ ਵੀ ਮੈਂ ਪੰਜਾਬੀ 뮤직 ਹਜੇ ਹਜੇ ਕੀਤਾ ਨਹੀਂ ਉਹ ਜਿਹੜਾ ਮੈਂ ਕਰਨਾ ਚਾਹੁੰਦਾ ਫਿਰ ਇਸ ਸਾਲ ਮੈਂ ਬਹੁਤ ਸਾਰਾ ਪੰਜਾਬੀ 뮤직 ਕਰ ਰਿਹਾ ਬਾਲੀਵੁੱਡ ਤਾਂ ਮੈਂ ਕਰ ਰਿਹਾ ਹੀ ਹਾਂ ਬਟ ਮੇਰਾ ਬੜਾ ਕੌਨਸ਼ੀਅਸ ਐਫਰਟ ਹੈ ਵੀ ਮੈਂ ਪੰਜਾਬ ਚ ਵਾਪਸ ਆਵਾਂ ਤੇ ਇਸ ਸਾਲ ਬਹੁਤ ਸਾਰੇ ਪੰਜਾਬੀ ਸੌਂਗਸ ਵੀ ਮੈਂ ਕਰ ਰਿਹਾ ਕਿਉਂਕਿ ਪੰਜਾਬ ਤੋਂ ਜਿਹੜਾ ਪਿਆਰ ਮਿਲਦਾ ਕਿਤੇ ਵੀ ਨਹੀਂ ਉਹ ਕਿਤੇ ਵੀ ਨਹੀਂ ਹਾਂਜੀ ਇਹ ਵੀ ਗੱਲ ਅੱਛਾ ਇੱਕ ਹੋਰ ਬੜੀ ਖਾਸ ਗੱਲ ਰਹਿੰਦੀ ਹੈਗੀ ਆ ਕਿ ਜਿਵੇਂ ਤੁਸੀਂ ਆਪਣੇ ਗਾਣੇ ਗਾਏ ਹੈ ਹਨਾ ਇਸ ਤੋਂ ਬਾਅਦ ਰਹਿੰਦੀ ਹੈ ਕਿ ਯਾਰ ਮੈਂ ਨਾ ਯੂਥ ਦੇ ਵਿੱਚ ਕੀ ਕੀ ਨਵਾਂ ਚੱਲ ਰਿਹਾ ਹੈ ਜਿਵੇਂ ਸੈਲਫੀ ਵਰਡ ਚੱਲਿਆ ਉਹਦੇ ਉੱਤੇ ਗਾਣੇ ਆ ਗਏ ਠੀਕ ਹੈ ਅੱਤ ਅੱਤ ਵਰਡ ਬੜਾ ਚੱਲਿਆ ਉਹਦੇ ਉੱਤੇ ਗਾਣੇ ਉਹਦੇ ਉੱਤੇ ਰੈਪ ਆ ਗਏ ਹਨਾ ਤੇ ਬਾਅਦ ਵਿੱਚ ਜਦੋਂ ਕੋਈ ਨਵੇਂ-ਨਵੇਂ ਵਰਡਸ ਜਾਂ ਕੋਈ ਐਸੇ ਵਰਡ ਜਿਹੜੇ ਯੂਥ ਦੇ ਵਿੱਚ ਚੱਲਦੇ ਰਹਿੰਦੇ ਉਹ ਤੁਸੀਂ ਲਿਖਦੇ ਵੀ ਰਹਿੰਨੇ ਯਾਰ ਆਹ ਵਾਲੇ ਆਹ ਵਾਲੇ ਵਰਡ ਨੂੰ ਮੈਂ ਗਾਣੇ 'ਚ ਪਾਣਾ ਹੈ ਪਾਣਾ ਰਿਹਾ ਹਾਂ ਰਿਕਾਰਡ ਕਰ ਲੈਣਾ ਕੋਈ ਵੀ ਜਿਹੜਾ ਕਨਸੈਪਟ ਆਉਂਦਾ ਨਾ ਦਿਮਾਗ 'ਚ ਉਹ ਮੈਂ ਰਿਕਾਰਡ ਕਰ ਲੈਣਾ ਨਾਲ ਦੀ ਨਾਲ ਜਿੱਦਾਂ ਮੈਂ ਕਲੱਬ ਹੀ ਜਾਂਦਾ ਮੈਂ ਬਹੁਤ ਘੱਟ ਪਾਰਟੀਆਂ 'ਚ ਜਾਂਦਾ ਬਟ ਜਦ ਮੈਂ ਜਾਂਦਾ ਮੈਂ ਆਹੀ ਅਬਜ਼ਰਵ ਕਰਨਾ ਵੀ ਕਿਹੜਾ ਮਿਊਜ਼ਿਕ ਕਿਹੜੇ ਮਿਊਜ਼ਿਕ ਤੇ ਲੋਕੀ ਜ਼ਿਆਦਾ ਟੱਪਦੇ ਨੇ ਕਿਹੜਾ ਮਿਊਜ਼ਿਕ ਡਿਮਾਂਡ 'ਚ ਹੈ ਕੀ ਗਾਣਾ ਚੱਲ ਰਿਹਾ ਅੱਜਕੱਲ ਬਸ ਇਹ ਸਟੱਡੀ ਕਰਨ ਜਾਂਦਾ ਮੈਨੂੰ ਸਟੱਡੀ ਕਰਨ ਦੀ ਬਚਪਨ ਤੋਂ ਹੀ ਬਹੁਤ ਆਦਤ ਹੈ ਓਕੇ ਪੂਰਾ ਇੰਡਸਟਰੀ ਨੂੰ ਆਪਣੇ ਗੇਮ ਨੂੰ ਕਿਉਂਕਿ ਆਹੀ ਮੇਰੀ ਰੋਜ਼ੀ ਰੋਟੀ ਹੈ ਤੇ ਦੈਟਸ ਵਾਈ ਸਾਰਾ ਯੂ نو ਹੈਵ ਟੂ ਸਟੱਡੀ ਸਾਰਿਆਂ ਦੇ ਇੰਟਰਵਿਊ ਮੈਂ ਸੁਣਦਾ ਸਾਰਿਆਂ ਦੇ ਗਾਣੇ ਮੈਂ ਸੁਣਦਾ ਉਹ ਥੱਲੇ ਕਮੈਂਟਸ ਪੜਦਾ ਵੀ ਕੀ 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 ਲਿਖਿਆ ਇੱਕ ਕਮੈਂਟ ਵਾਲੀ ਚੀਜ਼ ਬਹੁਤ ਵਧੀਆ ਹਾਂ ਲੋਕੀ ਸਾਰਾ ਦੁੱਧ ਦਾ ਦੁੱਧ ਯਾਨੀ ਯੂ نو ਵਾਟਰ ਦਾ ਵਾਟਰ ਸਹੀ ਗੱਲ ਹੈ ਸਹੀ ਗੱਲ ਹੈ ਉਹ ਉਸੇ ਟਾਈਮ ਤੁਹਾਨੂੰ ਪਤਾ ਲਾ ਜਾਂਦਾ ਹੈ ਹਾਂ ਕੀ ਫੀਲ ਹੈ ਵੀ ਕੀ ਇਹ ਚ ਕੀ ਲੈਕ ਕਰ ਰਿਹਾ ਹੈ ਤੇ ਕੀ ਵਧੀਆ ਲੱਗਿਆ ਬਸ ਬੱਬੂ ਭਾਜੀ ਦਾ ਨਹੀਂ ਮੈਨੂੰ ਪਤਾ ਲੱਗਦਾ अच्छा हां ओना दी कोई नेगेटिविटी है ही you know, नहीं ओ मैं तो हैगा ही फैन ओना दा हां हां भाई दी बस ਕਮਾਲੀ ਆ ਇਹ ਵੀ ਗੱਲ ਹੈ ਵੀ ਗੱਲ ਅੱਛਾ ਦੇਖੋ ਇਸ ਤੋਂ ਬਾਅਦ ਹੁਣ ਤੁਹਾਡਾ ਨੈਕਸਟ ਚੈਲੰਜ ਹੈਗਾ ਜਿਹੜੇ ਨੈਕਸਟ ਰੈਪ ਤੁਹਾਡਾ ਆ ਰਿਹਾ ਹੈਗਾ ਡੀਜੇ ਵਾਲੇ ਬਾਬੂ ਮੇਰਾ ਗਾਣਾ ਬਜਾਦੋ ਗਾਣਾ ਚਲਾਦੋ ਹਨਾ ਇਹ ਇਹ ਗਾਣਾ ਕਿਵੇਂ ਆਇਆ ਤੇ ਕਿਸ ਤਰ੍ਹਾਂ ਹੁਣ ਇਹਦਾ ਕਿਸੇ ਤੱਕ ਪਹੁੰਚਿਆ ਹੈ ਤੇ ਮੈਂ ਚਾਹ ਰਾ ਸੀ ਕਿ ਇਹ स्टार्टिंग ਦੇ ਲਾਈਨਸ ਵੀ ਹੋ ਜਾਣ ਔਰ ਕਿਵੇਂ ਗਾਣਾ ਬਣਿਆ ਗਾਣਾ ਇਹ ਮੇਰੇ ਦਿਲ ਦੇ ਬਹੁਤ ਕਰੀਬ ਹੈ ਮੇਰਾ ਪਹਿਲਾ ਡੈਬਿਊ ਸਿੰਗਲ ਹੈ ਅੱਛਾ ਤੇ ਮੈਂ ਹਰਿਆਣਾ ਚ ਸੀ ਮਾਈ ਡੈਡ ਇਜ਼ ਫਰਮ ਹਰਿਆਣਾ ਕਨਾਲ ਤੇ ਮੈਂ ਉੱਥੇ ਇੱਕ ਵੈਡਿੰਗ ਤੇ ਸੀਗਾ ਉੱਥੇ ਇੱਕ ਆਂਟੀ ਸੀ ਬਹੁਤ ਲੇਡੀ ਬਜ਼ੁਰਗ ਸੀ ਤੋਂ ਉਹ ਕਹਿੰਦੀ ਡੀਜੇ ਵਾਲੇ ਬਾਬੂ ਮੇਰਾ ਗਾਣਾ ਚਲਾ ਦਿਓ ਐਂਡ ਮੈਂ ਸੋਚਿਆ ਮੈਂ ਘੈਰੇ ਨਹੀਂ ਇਹ ਤਾਂ ਕਥਕ ਜੀ ਲਾਈਨ ਡੀਜੇ ਵਾਲੇ ਬਾਬੂ ਮੇਰਾ ਗਾਣਾ ਚਲਾ ਦਿਓ ਤੇ ਮੈਂ ਉਹ ਸੋਚਿਆ ਵੀ ਜੇ ਇਹ ਗਾਣਾ ਇੱਕ ਕੁੜੀ ਦੀ ਆਵਾਜ਼ ਚ ਹੋਵੇ ਹੈਨਾ ਤੇ ਇਹਨੂੰ ਜੇ ਆਪਾਂ ਅਰਬਨ ਕਰਦੀਏ ਤਾਂ ਕਿਦਾਂ ਲੱਗੂ ਮੈਂ ਤਿੰਨ ਦਿਨਾਂ ਚ ਮੈਂ ਪੂਰਾ ਗਾਣਾ ਬਣਾਤਾ ਓਏ ਹੋਏ ਤੇ ਇੰਨਾ ਵਧੀਆ ਲੱਗਿਆ ਮੈਂ ਕਿਹਾ ਜਾਂ ਤਾਂ ਇਹ ਬਹੁਤ ਜ਼ਿਆਦਾ ਚੱਲੂਗਾ ਜਾ ਬਹੁਤ ਬਹੁਤ ਜ਼ਿਆਦਾ ਚੱਲੂਗਾ ਅੱਛਾ ਪਰ ਫਿਰ ਫਿਰ ਵੀ ਲੋਕਾਂ ਨੇ ਇਸ ਨੂੰ ਜਿਸ ਨੇ ਤੁਹਾਨੂੰ ਟੀਜ਼ਰ ਛੱਡਿਆ ਸੀ ਨਾ ਉਦੋਂ ਤੋਂ ਹੀ ਐਕਸੈਪਟੈਂਸ ਮਿਲ ਰਹੀ ਸੀ ਇਸ ਗਾਣੇ ਹਾਂ 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 ਬਸ ਉਹੀ ਹੁਣ ਮੈਨੂੰ ਆ ਵੀ ਵੀ ਗਾਣੇ ਨੂੰ ਵੀ ਮੈਂ ਹਮੇਸ਼ਾ ਨਰਵਸ ਹੁੰਦਾ ਮੇਰੇ ਵਾਸਤੇ ਇਹ ਟੈਸਟ ਹੈ ਲਾਈਕ ਏਵਰੀ Song ਇਜ਼ ਅ ਟੈਸਟ ਬਸ ਮੇਰਾ ਡੈਬਿਊ ਵੀ ਹੈ ਤੇ ਚ ਆਸਥਾ ਗਿੱਲ ਨੇ ਮੇਰੇ ਨਾਲ ਗਾਇਆ ਜਿਹਨੇ ਅਭੀ ਤੋਂ ਪਾਰਟੀ ਸ਼ੁਰੂ ਹੋਈ ਹੈ ਗਾਇਆ ਸੀ ਤੇ ਵੀਡੀਓ ਵੀ ਬਹੁਤ ਵੱਡਾ ਬਣਾਇਆ ਆਪਾਂ ਨੇ ਕਾफी ਪੈਸਾ ਲੱਗਿਆ ਗਿਫਟੀ ਨੇ ਵੀਡੀਓ ਬਣਾਇਆ ਤੇ ਲੈਟਸ ਸੀ ਕੀ ਰਿਸਪੌਂਸ ਹੁੰਦਾ ਪਰ ਆ ਜਾਣਾ ਵਾਪਸ ਆਜੂਗਾ ਪੈਸਾ ਇਹ ਤਾਂ ਪਤਾ ਹੀ ਹੈ ਬਾਸ਼ਾ ਲਗਾਇਆ ਔਰ ਕਮਾਲ ਲਗਾਇਆ ਹਾਂ ਮੈਂ ਚਾਹ ਰ ਸੀ ਕਿ ਸਟਾਰਟਿੰਗ ਦੀਆਂ ਦੋ ਨਹੀਂ ਚਾਰ ਨਹੀਂ ਅੱਠ ਨਹੀਂ 10 12 ਲਾਈਨਸ ਹੋ ਜਾਣ अरे क्लब में तेरी सरकार बना दू टेबल को तेरी बार बना दू वैसे तो हूँ बादशाह मैं आज रात तुझे स्टार बना दू ऐसा बेबी काम करा दू डांस फ्लोर तेरे नाम करा दू घूर के देखे जो कोई तुझको कान पे उसके चार लगा दू जी भर के नाच ले बेबी शैम पेन के शावर में यार तेरे का फैन मिनिस्टर बैठा है जो पावर में ਹੇ ਕਹਿਰ ਕਹਿਰ ਨਵੀਂ ਚੀਜ਼ ਹੈ ਨਵਾਂ ਨਵੀਂ ਨਵੀਂ ਤਰੰਗ ਹੈ ਹੈਨਾ ਤੇ ਅੱਛਾ ਬਾਸ਼ਾ ਹੁਣ ਆਪਣੀਆਂ ਇਹ ਗੱਲਾਂ ਦਾ ਜਿਹੜਾ ਸਫਰ ਹੈ ਨਾ ਹੁਣ ਆਪਾਂ ਇਹਨਾਂ ਨੂੰ ਪਾਜ਼ ਕਰਨ ਤੋਂ ਪਹਿਲਾਂ ਇੱਕ ਰੈਪਿਡ ਫਾਇਰ ਆ ਰਿਹਾ ਹੈ ਤੁਹਾਡੇ ਲਈ ਫਟਾਫਟ ਸਵਾਲ ਤੇ ਜੋ ਦਿਲ ਚ ਦਿਲੋਂ ਆਨਸਰ ਦਿਓ ਜੋ ਦਿਲੋਂ ਬਿਲਕੁਲ ਜੀ ਬਿਲਕੁਲ ਹਾਂਜੀ ਠੀਕ ਹੈ ਜੀ ਕਿਹੜੇ ਐਕਟਰ ਦੀਆਂ ਮੂਵੀਜ਼ ਬੰਕ ਮਾਰ ਕੇ ਦੇਖਦਾ ਰਿਹਾ ਬਾਸ਼ਾ ਕਿਸੇ ਦੀ ਵੀ ਨਹੀਂ ਆਪਾਂ अच्छा किस एक्टर दी खास दीवानगी नहीं रही कोई दीवानगी शाहरुख खान ਦੇ دیਵਾਨੇ ਆ ਬੰਕ ਕਦੇ ਨਹੀਂ ਮਾਰਿਆ ਇਨੀ ਹਿੰਮਤ ਨਹੀਂ ਹੋਈ ਕਦੀ اچھا ਆਪਾਂ ਇੰਜੀਨੀਅਰਿੰਗ ਕੋਲ ਪੈਕ ਤੋਂ ਪੜ੍ਹੇ ਆ ਤੁਸੀਂ ਤੁਹਾਨੂੰ ਪਤਾ ਹੀ ਹੈ ਬੰਕ ਬੰਕ ਮਾਰੋਗੇ ਤੇ ਕੀ ਕੀ ਮਾਰਨਗੇ ਤੁਹਾਨੂੰ हां सही ਗੱਲ اچھا ਕਿਸ ਰਸ ਦੇ دیਵਾਨੇ ਰਹੇ ਹਾਂ ਕਿ ਵੀ ਯਾਰ ਇਹਦੀ ਅਦਾ ਮੈਂ ਝੂਠ ਨਹੀਂ ਮੈਂ ਆਮ ਵੈਰੀ ਓਨੈਸਟ ਕਿਸੇ ਕੋਈ ਨਹੀਂ ਕੋਈ ਐਕਟਰਸ ਵੀ ਨਹੀਂ ਹੈ ਆਪਾਂ ਸਾਡੇ ਕਾਲਜ ਦੀ ਬਹੁਤ ਵਡੀਆਂ-ਵਡੀਆਂ ਐਕਟਰਸ ਮਸਤੀ ਮਸਤੀ ਆਪਣੇ ਯਾਰਾਂ ਦੋਸਤਾਂ ਨਾਲ ਹੀ ਮਾਰਦੇ ਰਹੇ ਪੂਰੀ ਪੂਰੀ ਮੈਂ ਬੰਕ ਮਾਰਿਆ ਪਹਾੜਾ ਵਾਸਤੇ ਮੈਂ ਬੰਕ ਮਾਰਿਆ ਕਸੋਲੀ ਵਾਸਤੇ ਅੱਛਾ ਮੈਂ ਬੰਕ ਮਾਰਿਆ ਸ਼ਿਮਲਾ ਵਾਸਤੇ ਫਿਲਮਾਂ ਦਾ ਕੁਝ ਨਹੀਂ ਮੈਨਾਂ ਕੋਈ ਜਾਣੀ ਸੀ ਓਕੇ ਅੱਛਾ ਕਿਹੜੀ ਗਲਤੀ ਦੇ ਉੱਤੇ ਸਭ ਤੋਂ ਜ਼ਿਆਦਾ ਚਲਾਨ ਕਟਾਏ ਆ ਬਾਦਸ਼ਾਹ ਨੇ ਫੋਨ ਤੇ ਗੱਲਾਂ ਜਦੋਂ ਗੱਡੀ ਚਲਾਉਂਦੇ ਮੈਂ ਫੋਨ ਤੇ ਬਹੁਤ ਗੱਲਾਂ ਕਰਦਾ ਹਾਂ ਸੌਰੀ ਅੱਛਾ ਸੌਰੀ ਤੁਸੀਂ ਨਾ ਕਰਿਓ ਅੱਛਾ ਬਾਸ਼ਾ ਕਲਾਸ ਦੇ ਵਿੱਚ ਪਿੱਛੇ ਹੀ ਕਿਉਂ ਬੈਠਦਾ ਸੀ ਹਮੇਸ਼ਾ ਵੀ ਜਦੋਂ ਤੁਹਾਨੂੰ ਜਦ ਤੁਸੀਂ ਸੁਣਾ ਹੁੰਦਾ ਫਿਰ ਪਿੱਛੇ ਹੀ ਬੈਠੋਗੇ ਤੁਸੀਂ अच्छा अच्छा देखो इक ना एक आदत हुंदी है एक कशक हुंदी है जेडी ਤੁਸੀਂ ਹੁਣ ਪ੍ਰੋਫੈਸ਼ਨ ਚ ਲੈ ਕੇ ਆਏ ਹੋ ਕਿ ਯਾਰ ਮੈਂ ਲਿਖਣਾ ਤੇ ਫਿਰ ਐਦਾਂ ਦਾ ਰੈਪ ગાਣਾ ਸਕੂਲ ਚ ਵੀ ਮਾੜਾ ਮੋਟਾ ਰਹਾ ਕਿਦੀ ਮੈਡਮ ਲਈ ਗਿਆ ਹੋਵੇ ਕੋਈ ਕੋਈ ਹੈਨਾ ਮੈਂ ਮੈਂ ਮਸ਼ਹੂਰੀ ਦੇ ਵਾਸਤੇ ਸੀ ਮੈਂ ਇੱਕ ਮੇਰੇ ਇੱਕ ਟੀਚਰ ਹੁੰਦਾ ਸੀ ਮੈਥ ਦਾ ਮੈਂ ਉਹਦਾ ਨਾਂ ਨਹੀਂ ਲਵਾਂਗਾ ਨੂੰ ਪਤਾ ਵੀ ਉਹ ਕੌਣ ਹੈ اچھا ਤੇ ਉਹਦੇ ਉੱਤੇ ਮੈਂ ਰੈਪ ਲਿਖਿਆ ਸੀ ਬਹੁਤ ਜ਼ਿਆਦਾ ਹਿੱਟ ਹੋ ਗਿਆ ਸੀ ਉਹ ਮੈਨੂੰ ਇਹ ਇਹ ਵੀ ਹੋ ਗਿਆ ਜੀ ਉਹ ਟੀਚਰ ਮੈਨੂੰ ਆਪ ਕਹਿੰਦਾ ਵੀ ਜਿਹੜਾ ਤੂੰ ਰੈਪ ਲਿਖਿਆ ਨਾ ਉਹ ਸਟੇਜ ਅਸੈਂਬਲੀ 'ਚ ਸੁਣਾ ਤੂੰ ਅੱਛਾ ਮੈਂ ਕਿਹਾ ਸਰ ਮੈਂ ਵਰਡਸ ਬੜੇ ਗੰਦੇ ਅੱਛਾ ਮਾਚ ਨੰਬਰ ਘਟੋ ਕਿਤੇ ਮਾਚ ਤੁਸੀਂ ਬਹੁਤ ਤੁਸੀਂ ਗੁੱਸੇ ਹੋਣਾ ਤੁਸੀਂ ਕਾ ਤੋ ਹਾਰਟ ਅਟੈਕ ਆ ਜਾਊਗਾ ਤੁਹਾਨੂੰ ਤੇ ਹੁਣ ਤਾਂ ਕੋਈ ਚੱਕਰ ਨਹੀਂ ਹੁਣ ਤਾਂ ਪੜ੍ਹ ਲਿਆ ਸਕੂਲ ਕੀ ਸੀ ਉਹ ਸ਼ਬਦ ਜੇ ਇਹ ਯਾਦ ਹੋਣ ਨਹੀਂ ਮੈਨੂੰ ਯਾਦ ਹੀ ਨਹੀਂ ਹੈ ਉਹ ਵਧੀਆ ਰੈਪ ਸੀ ਮੈਂ ਤੇ ਕਿਤੇ ਵੀ ਨਹੀਂ ਦੋ ਦੋ ਲਾਈਨਾਂ ਵੀ ਨਹੀਂ ਯਾਦ ਹੋਣਗੀਆਂ ਹਾਂ ਹਾਂ ਹੁਣ ਨਾ ਹੁਣ ਨੀ ਹਣਾ ਚੱਲ ਗਿਆ ਅੱਛਾ ਅੱਛਾ ਕਿਹੜੀ ਮੂਵੀ ਸਭ ਤੋਂ ਜ਼ਿਆਦਾ ਵਾਰ ਦੇਖੀ ਹੈ ਬਾਦਸ਼ਾਹ ਨੇ ਅੰਦਾਜ਼ ਆਪਣਾ ਆਪਣਾ ਕਿੰਨੀ ਵਾਰ ਬਹੁਤ ਵਾਰੀ ਅੱਛਾ ਆਈ ਥਿੰਕ ਮੋਰ ਦਨ 100 ਟਾਈਮਸ ਬਹੁਤ ਵਧੀਆ ਮੂਵੀ ਲੱਗਦੀ ਹੈ ਮੈਨੂੰ ਓਕੇ ਫਰਸਟ ਪ੍ਰੋਪੋਜ਼ ਬਾਦਸ਼ਾਹ ਨੇ ਕਿਹੜੀ ਕਲਾਸ ਦੇ ਵਿੱਚ ਕਰਤਾ ਸੀ ਕੁੜੀ ਨੂੰ ਕਲਾਸ ਨਹੀਂ ਸੀ ਉਹ ਕਾਲਜ ਸੀ ਕਲਾਸ ਚ ਦਾ ਬੋਗੋ ਹੁੰਦੇ ਸੀ ਆਪਾਂ ਅੱਛਾ ਕਲਾਸ ਜਦੋਂ ਵਸ ਦੇਖੀ ਜਾਣਾ ਹਾਂਜੀ ਤਿੰਨ ਸਾਲ ਹੋ ਗਏ ਕੁੜੀ ਦੇ ਪਿੱਛੇ ਅੱਛਾ ਗੇੜੀਆਂ ਲਾਉਂਦੇ ਨੂੰ ਹਾਂ ਚੌਥੇ ਸਾਲ ਨੂੰ ਰਾਕੀ ਰਾਕੀ ਬੰਦੀ ਅੱਛਾ ਹੋਏ ਹੋਏ ਅੱਛਾ ਹਾਂਜੀ ਇਹ ਇਹ ਦੇਖੋ ਹੁਣ ਤੁਸੀਂ ਕਿਹਾ ਕਿ ਵੀ ਤੁਸੀਂ ਕਾਲਜ ਟਾਈਮ ਦੇ ਵਿੱਚ ਕੀਤਾ ਸੀਗਾ ਪ੍ਰਪੋਜ਼ ਅਗੋ ਕੀ ਜਵਾਬ ਆਇਆ ਯੈਸ ਉਹ ਮੁੰਡਾ ਤੁਹਾਡਾ ਘੈਂਟ ਗੱਲਬਾਤ ਪੂਰੀ ਹੈ ਯੈਸ ਹੀ ਹੋਣਾ ਸੀ ਹੈ ਹੋਏ ਅੱਛਾ ਫਿਰ ਉਹ ਕਿੰਨਾ ਕੁ ਟਾਈਮ ਤੱਕ ਰਿਹਾ ਇਹ ਵੀ ਦੱਸ ਦਿਓ ਯੈਸ ਤਾਂ ਬੜੀ ਜੋਸ਼ੀ ਦੇ ਨਾਲ ਆਇਆ ਹਫਤਾ 10 ਦਿਨ ਤੱਕ ਰਿਹਾ ਸੀ ਓਏ ਹੋਏ ਅੱਛਾ ਉਹਦੇ ਉਹ ਤੋਂ ਬਾਅਦ ਮੈਨੂੰ ਪਤਾ ਚੱਲ ਗਿਆ ਵੀ ਇਹ ਖੇਡ ਜਿਹੜੀ ਹੈਗੀ ਉਹ ਪੂਰਾ ਪੂਰਾ ਟਾਈਮ ਵੇਸਟ ਹੈ ਚ ਕੁਝ ਨਹੀਂ ਰੱਖਿਆ ਅੱਛਾ ਹਾਂ ਬਠੀ ਆਪਣਾ ਕੰਮ ਕਰੋ ਵਧੀਆ ਚਲੋ ਵੈਰੀ ਗੁੱਡ ਐਦਾ ਕਿ ਦੇਖੋ ਤੁਸੀਂ ਯੂਥ ਦੀ ਪਲਸ ਨੂੰ ਸਮਝਦੇ ਹੋ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਯੂਥ ਦੇ ਨਾਲ ਐਦਾਂ ਹੀ ਜੁੜੇ ਰਹੋ ਯੂਥ ਤੁਹਾਡੇ ਨਾਲ ਜੁੜਿਆ ਰਹੇ ਤੇ ਬਾਦਸ਼ਾਹ ਸਾਡੇ ਵੱਲੋਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਹੈ ਆਪ ਅਜਾਬਾ ਪਾਜ਼ ਕਰਦੇ ਹਾਂ ਆਪਣੀਆਂ ਗੱਲਾਂ ਨੂੰ ਓਕੇ ਅਗਲੀ ਵਾਰੀ ਮਿਲਾਂਗੇ ਇੱਥੇ ਚੱਕਾਂਗੇ ਗੱਲਾਂ ਪੱਕਾ ਪੱਕਾ ਥੈਂਕ ਯੂ ਸੋ ਮੱਚ ਬਹੁਤ ਅੱਛਾ ਲੱਗਿਆ ਜੀ ਗੱਲ ਕਰਕੇ ਔਰ ਨਾਲ ਦੀ ਨਾਲ ਗਾਣਿਆਂ ਦਾ سلسلہ ਚੱਲਦਾ ਰਹੇਗਾ ਸੁਣਦੇ ਰਹੋ ਮਾਇਆ ਐਫ ਐਮ ਜੀਓ ਦਿਲ ਸੇ